ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡੇ ਸਾਰਿਆਂ ਦਾ। ਹਾਂਜੀ, ਅੱਜ ਆਪਾਂ ਕਰਾਂਗੇ PSSB ਕਲਰਕ ਦੀ ਕੰਪਲੀਟ ਰੀਜਨਿੰਗ। ਜਿੰਨੀ ਵੀ ਤੁਹਾਡੀ ਰੀਜਨਿੰਗ ਬਣਦੀ ਹੈਗੀ ਜਾਂ ਜਿੰਨੇ ਵੀ ਤੁਹਾਡੇ ਰੀਜਨਿੰਗ ਦੇ ਟੋਪਿਕ ਬਣਦੇ ਹੈਗੇ ਆਪਾਂ ਸਾਰੇ ਕੰਪਲੀਟ ਕਰਾਂਗੇ। ਅਤੇ ਆਪਾਂ ਰੀਜਨਿੰਗ ਦੇ 3 ਵੀਡੀਓ ਬਣਾਵਾਂਗੇ, 3 ਸੈੱਟ ਬਣਾਵਾਂਗੇ, ਅਤੇ ਉਹਨਾਂ ਵਿੱਚ ਵੀ ਤੁਹਾਨੂੰ ਪੇਪਰ ਵਿੱਚ ਪ੍ਰਸ਼ਨ ਦੇਖਣ ਨੂੰ ਮਿਲ ਜਾਣਗੇ, ਠੀਕ ਆ ਜੀ। ਸੋ ਸਾਰਿਆਂ ਨੂੰ ਧਿਆਨ ਨਾਲ ਦੇਖਣਾ ਗਾ, ਅਤੇ ਇੱਕ ਤੁਸੀਂ ਆਪਣਾ ਅੱਜ ਟੈਸਟ ਲਗਾ ਕੇ ਦੇਖੋ, ਕਿਉਂਕਿ ਜਿਹੜੀ ਤੁਹਾਡੀ ਇਗਜ਼ਾਮ ਡੇਟ ਆ ਗਈ ਉਹ ਨੇੜੇ ਆ ਗਈ। ਸੋ ਅੱਜ ਆਪਣਾ ਟੈਸਟ ਲਗਾ ਕੇ ਦੇਖੋ, ਅਤੇ ਸਾਰੇ ਵਿਦਿਆਰਥੀਆਂ ਨੇ ਕੋਸ਼ਿਸ਼ ਕਰਨੀ ਹੈਗੀ ਵੀ 1 ਮਿੰਟ ਤੋਂ ਪਹਿਲਾਂ ਇੱਕ ਸਵਾਲ ਹੱਲ ਕਰਨਾ, ਠੀਕ ਆ ਜੀ। ਇਹ ਕੋਸ਼ਿਸ਼ ਕਰਨੀ ਹੈਗੀ ਕਿਉਂਕਿ ਆਪਣੇ ਪੇਪਰ ਵਿੱਚ 120 ਪ੍ਰਸ਼ਨ ਹੋਣਗੇ, ਅਤੇ ਆਪਾਂ ਨੂੰ ਸਮਾਂ ਦਿੱਤਾ ਜਾਊਗਾ 90 ਮਿੰਟ ਦਾ, ਠੀਕ ਆ ਜੀ। ਸਮਾਂ ਬਹੁਤ ਘੱਟ ਹੈਗਾ, ਇਹਦੇ ਵਿੱਚ ਮੈਥ ਵੀ ਹੋਊਗਾ, ਮੈਥ ਕਰਨ ਲਈ ਜ਼ਿਆਦਾ ਸਮਾਂ ਲੱਗਦਾ, ਠੀਕ ਆ ਜੀ। ਰੀਜਨਿੰਗ ਕੋਈ ਜ਼ਿਆਦਾ ਔਖੀ ਨਹੀਂ ਆਉਣੀ ਹੈਗੀ, ਬਸ ਸਪੀਡ ਬਣਾ ਕੇ ਕਰਨਾ ਪੈਣਾ, ਠੀਕ ਆ ਜੀ। ਸੋ ਸਾਰੇ ਵਿਦਿਆਰਥੀਆਂ ਨੇ ਸਪੀਡ ਬਣਾ ਕੇ ਕਰਨੀ ਹੈ, ਗੱਲ ਨੋਟ ਕਰੋ, ਠੀਕ ਆ ਜੀ। ਤਾਂ ਚਲੋ ਜੀ ਫਿਰ ਆਪਾਂ ਸਟਾਰਟ ਕਰ ਦਿਆਂਗੇ। ਹਾਂਜੀ, ਪਹਿਲਾਂ ਆਪਾਂ ਕਰਾਂਗੇ ਨੰਬਰ, ਲੈਟਰ ਐਂਡ ਵਰਲਡ ਨੌਲੇਜ ਕਰਾਂਗੇ, ਠੀਕ ਆ ਜੀ। ਤਾਂ ਦੇਖੋ ਪ੍ਰਸ਼ਨ ਨੰਬਰ 1 ਦੇਖੋ। ਹਾਂਜੀ, ਪਹਿਲਾਂ ਦੇਖੋ ਇਸ ਤਰ੍ਹਾਂ ਦੇ ਸਵਾਲਾਂ ਵਿੱਚ ਜਿਹੜੀ ਅਪਰੋਚ ਕੀ ਹੁੰਦੀ ਹੈਗੀ, ਸਭ ਤੋਂ ਪਹਿਲਾਂ ਕੀ ਦੇਖੀਦਾ ਹੁੰਦਾ ਗਾ, ਸਕੇਅਰ ਦੇਖੀਦਾ ਹੁੰਦਾ ਗਾ, ਉਸ ਤੋਂ ਬਾਅਦ ਕੀ ਦੇਖੀਦਾ ਹੁੰਦਾ ਕਿਊਬ, ਉਸ ਤੋਂ ਬਾਅਦ ਦੇਖੀਦਾ ਆਪਣੇ ਗੁਣਾ ਵੰਡ, ਠੀਕ ਆ ਜੀ। ਉਸ ਤੋਂ ਬਾਅਦ ਦੇਖੀਦਾ ਹੁੰਦਾ ਆਪਣਾ ਜੋੜ ਘਟਾਓ, ਡਿਫਰੈਂਸ ਕਹਿ ਸਕਦੇ ਹੋ, ਠੀਕ ਆ ਜੀ। ਆਹ ਸਾਰੀਆਂ ਚੀਜ਼ਾਂ ਦੇਖੀਦੀਆਂ ਹੁੰਦੀਆਂ ਨੇ, ਇਹ ਗੱਲ ਨੋਟ ਕਰੋ। ਤਾਂ ਪ੍ਰਸ਼ਨ ਨੰਬਰ 1 ਦੇਖੋ, 4 ਤੋਂ 9 ਹੋ ਗਿਆ, ਤਾਂ 25 ਤੋਂ ਕੀ ਹੋ ਸਕਦਾ, 25 ਤੋਂ ਕੀ ਹੋ ਸਕਦਾ। ਤਾਂ ਦੇਖੋ ਇੱਥੇ 2 ਦਾ ਸਕੇਅਰ ਕਰਦੀ ਆਪਾਂ, ਇੱਥੇ ਕਰਦੀ ਆਪਾਂ 3 ਦਾ ਸਕੇਅਰ, ਠੀਕ ਆ ਜੀ। ਇੱਥੇ ਕਰਤਾ ਆਪਾਂ 5 ਦਾ ਸਕੇਅਰ, ਜੇ ਹੁਣ ਇੱਥੇ ਬਹੁਤੇ ਵਿਦਿਆਰਥੀ ਕੀ ਕਰਦੇ ਹੋਣਗੇ, 6 ਦਾ ਸਕੇਅਰ ਕਰਦੇ ਹੋਣਗੇ, ਪਰ ਇੱਥੇ ਕੀ ਆਊਗਾ, 7 ਦਾ ਸਕੇਅਰ ਆਊਗਾ, ਠੀਕ ਆ ਜੀ। ਬਿਲਕੁਲ ਰਾਈਟ ਆਂਸਰ ਆਜੂਗਾ, ਕਿਉਂਕਿ 2, 3, 5, 7 ਇਹ ਕੀ ਨੇਗੀਆਂ, ਇਹ ਆਪਣੀਆਂ ਸੀਰੀਜ਼ ਵਿੱਚ ਕੀ ਨੇਗੀਆਂ, ਪ੍ਰਾਈਮ ਨੰਬਰ ਨੇ, ਠੀਕ ਆ ਜੀ। ਅਭਾਸ ਸੰਖਿਆਵਾਂ ਨੇਗੀਆਂ ਜਿਹੜੀਆਂ ਕਿਸੇ ਵੀ ਅੰਕ ਦੇ ਹੋਰ ਵੰਡੀਆਂ ਨਹੀਂ ਜਾਂਦੀਆਂ, ਸਿਰਫ ਆਪਣੇ ਆਪ 'ਤੇ ਵੰਡੀਆਂ ਜਾਂਦੀਆਂ ਨੇ, ਠੀਕ ਆ ਜੀ। ਤਾਂ 49 ਬਿਲਕੁਲ ਰਾਈਟ ਆਂਸਰ ਆਜੂਗਾ, ਆਪਸ਼ਨ ਨੰਬਰ ਏ। ਹੁਣ ਜੇ ਮੰਨ ਲਓ 37 ਦਿੱਤਾ ਵੀ ਹੁੰਦਾ, ਠੀਕ ਆ ਜੀ, ਮੰਨ ਲਓ 35 ਦੀ ਜਗ੍ਹਾ 'ਤੇ 37 ਦਿੱਤਾ ਹੁੰਦਾ, ਤਾਂ ਵੀ 49 ਬਿਲਕੁਲ ਰਾਈਟ ਆਂਸਰ ਆਉਂਦਾ, ਕਿਉਂਕਿ ਸਭ ਤੋਂ ਪਹਿਲਾਂ ਮੰਨ ਲਓ 2 ਅਪਸ਼ਨ ਆਪਣੇ ਰਾਈਟ ਆਉਂਦੇ ਆਗੇ, ਤਾਂ ਸਭ ਤੋਂ ਪਹਿਲਾਂ ਕੀ ਦੇਖਣਾ ਹੈਗਾ, ਪ੍ਰਾਈਮ ਨੰਬਰ ਦੇਖਣਾ, ਠੀਕ ਆ ਜੀ। ਕੀ ਦੇਖਣਾ ਹੈਗਾ, ਪ੍ਰਾਈਮ ਨੰਬਰ ਦੇਖਣਾ, ਕਿਉਂਕਿ ਪ੍ਰਾਈਮ ਨੰਬਰ ਆਪਣੇ ਆਪ ਵਿੱਚ ਕੀ ਹੈਗਾ, ਪ੍ਰਾਈਮ ਨੰਬਰ ਆਪਣੇ ਆਪ ਵਿੱਚ ਪ੍ਰਕਿਰਤਿਕ ਸੰਖਿਆ ਗੀ। ਹੁਣ ਮੰਨ ਲਓ 2 ਹੈਗਾ, 2 ਆਪਣਾ ਪ੍ਰਾਈਮ ਨੰਬਰ ਹੈਗਾ, ਜੇ 2 ਹੀ ਨਾ ਹੁੰਦਾ ਇਹਦਾ ਸਕੇਅਰ ਕਿੱਥੋਂ ਆਉਂਦਾ, ਠੀਕ ਆ ਜੀ। ਤਾਂ ਸਭ ਤੋਂ ਪਹਿਲਾਂ ਕੀ ਦੇਖਿਆ ਜਾਂਦਾ ਹੁੰਦਾ ਹੈਗਾ, ਪ੍ਰਾਈਮ ਨੰਬਰ ਦੇਖਿਆ ਜਾਂਦਾ ਹੁੰਦਾ, ਠੀਕ ਆ ਜੀ। ਜੇ ਮੰਨ ਲਓ ਆਪਣੇ 2 ਅਪਸ਼ਨ ਰਾਈਟ ਹੁੰਦੇ ਆ ਜਾਂ 3 ਅਪਸ਼ਨ ਰਾਈਟ ਹੁੰਦੇ ਹੈਗੇ, ਸਭ ਤੋਂ ਪਹਿਲਾਂ ਪ੍ਰਾਈਮ ਨੰਬਰ ਦੇਖਣਾ ਹੈਗਾ, ਉਸ ਤੋਂ ਬਾਅਦ ਆਪਣੇ ਸਕੇਅਰ ਦੇਖਣਾ, ਫਿਰ ਕਿਊਬ ਦੇਖਣਾ, ਠੀਕ ਆ ਜੀ। ਇਸ ਗੱਲ ਨੂੰ ਨੋਟ ਕਰ ਲਓ। ਤਾਂ ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 2 ਦੇਖੋ, 8 ਤੋਂ 28, ਤਾਂ 15 ਤੋਂ ਕੀ ਹੋ ਸਕਦਾ, 8 ਤੋਂ 28 ਹੋ ਗਿਆ ਤਾਂ 15 ਤੋਂ ਕੀ ਹੋਊਗਾ। ਤਾਂ ਦੇਖੋ ਇਸ ਤਰ੍ਹਾਂ ਦੇ ਪ੍ਰਸ਼ਨਾਂ ਵਿੱਚ ਤੁਸੀਂ ਕੀ ਦੇਖਣਾ ਗਾ, ਤੁਸੀਂ ਦੇਖਣਾ ਵੀ ਜਿਹੜੀ ਆਪਾਂ ਨੂੰ ਰਕਮਾਂ ਨੇਗੀਆਂ ਇਹਨਾਂ ਨੇੜੇ ਕੋਈ ਸਕੇਅਰ ਜਾਂ ਕਿਊਬ ਤਾਂ ਨਹੀਂ ਹੋ ਰਿਹਾ, ਕਿਉਂਕਿ ਇਸ ਤਰ੍ਹਾਂ ਦੇ ਸਵਾਲਾਂ ਵਿੱਚ ਸਭ ਤੋਂ ਵੱਧ ਸਕੇਅਰ ਕਿਊਬ ਹੀ ਹੁੰਦਾ ਹੁੰਦਾ, ਠੀਕ ਆ ਜੀ। ਇੱਕ ਤੁਹਾਨੂੰ ਹੋਰ ਘੱਟੋ ਘੱਟ 10 ਤੱਕ ਕਿਊਬ, 20 ਤੱਕ ਸਕੇਅਰ ਅਤੇ 20 ਤੱਕ ਪਹਾੜੇ ਯਾਦ ਹੋਣੇ ਚਾਹੀਦੇ ਆ, ਠੀਕ ਆ ਜੀ, ਜੇ ਤੁਸੀਂ ਤੇਜ਼ੀ ਨਾਲ ਸਵਾਲ ਕੱਢਣਾ ਚਾਹੁੰਦੇ ਹੋ। ਇਸ ਗੱਲ ਨੂੰ ਨੋਟ ਕਰਿਓ। ਤਾਂ ਦੇਖੋ ਆਪਣਾ ਜੇ 28 ਹੈਗਾ, 28 ਨੇੜੇ ਜੇ ਆਪਾਂ ਦੇਖੀਏ 3 ਦਾ ਕਿਊਬ ਹੁੰਦਾ ਹੁੰਦਾ, ਠੀਕ ਆ ਜੀ। 3 ਦਾ ਕਿਊਬ ਕਿੰਨਾ ਹੁੰਦਾ ਹੈਗਾ, 27 ਹੁੰਦਾ ਹੈਗਾ, ਪਲੱਸ ਆਪਾਂ 1 ਕਰ ਦਈਏ ਕਿੰਨਾ ਬਣ ਗਿਆ, 28 ਬਣ ਗਿਆ, ਬਿਲਕੁਲ ਜੀ। ਅਤੇ ਇੱਕ ਗੱਲ ਹੋਰ, ਜਦੋਂ ਤੁਸੀਂ ਆਹ 2 ਰਕਮਾਂ ਦਾ ਰਿਲੇਸ਼ਨ ਬਣਾਉਣੇ ਹੁੰਦੇ ਹੋਗੇ ਤਾਂ ਆਪਸ਼ਨਾਂ ਜ਼ਰੂਰ ਦੇਖਿਆ ਕਰੋ। ਜੇ ਮੰਨ ਲਓ ਤੁਸੀਂ ਆਹ 2 ਰਕਮਾਂ ਦਾ ਰਿਲੇਸ਼ਨ ਬਣਾਓਗੇ, ਹੈ ਨਾ, ਅਤੇ ਇੱਥੇ ਕੁਛ ਗਲਤ ਬਣਾ ਲਿਆ, ਇੱਥੇ ਕੁਛ ਗਲਤ ਬਣਾ ਲਿਆ, ਤੁਸੀਂ ਇੱਥੇ ਵੀ ਫਿਰ ਗਲਤ ਬਣਾਓਗੇ, ਇੱਥੇ ਵੀ ਉਸ ਤਰ੍ਹਾਂ ਬਣਾਓਗੇ, ਤਾਂ ਆਪਣਾ ਸਾਰਾ ਕੀ ਹੋ ਜੂਗਾ, ਨਾਲੇ ਸਮਾਂ ਬਰਬਾਦ ਹੋਊਗਾ, ਨਾਲੇ ਸਾਰਾ ਆਪਰੇਸ਼ਨ ਗਲਤ ਹੋ ਜੂਗਾ, ਠੀਕ ਆ ਜੀ। ਸੋ ਇਸ ਕਰਕੇ ਆਪਸ਼ਨਾਂ ਨੂੰ ਜ਼ਰੂਰ ਦੇਖਣਾ, ਇਸ ਗੱਲ ਨੂੰ ਨੋਟ ਕਰਿਓ। ਤਾਂ ਦੇਖੋ ਜੇ ਆਪਾਂ 3 ਦਾ ਕਿਊਬ ਕਰੀਏ, ਪਲੱਸ 1 ਕਰੀਏ, ਕਿੰਨਾ ਬਣਦਾ, 28 ਬਣਦਾ। ਜੇ ਇੱਥੇ ਆਪਾਂ 3 ਦਾ ਸਕੇਅਰ ਕਰ ਦਈਏ, ਮਾਈਨਸ 1 ਕਰ ਦਈਏ, 8 ਬਣਦਾ, ਬਿਲਕੁਲ ਬਣਦਾ, ਠੀਕ ਆ ਜੀ। ਜੇ ਇੱਥੇ ਆਪਾਂ 15 ਗਾ, ਜੇ ਇੱਥੇ ਫਿਰ ਆਪਾਂ 4 ਦਾ ਸਕੇਅਰ, ਹੁਣ ਜਿਵੇਂ ਇੱਧਰ ਕੀਤਾ ਉਵੇਂ ਇੱਧਰ ਕਰਾਂਗੇ, ਮਾਈਨਸ 1 ਕਰੀਏ, 15 ਬਣਦਾ, ਬਿਲਕੁਲ ਬਣਦਾ। ਹੁਣ ਫਿਰ 4 ਦਾ ਕਿਊਬ ਕਰਕੇ ਪਲੱਸ 1 ਕਰਕੇ ਆਪਣਾ ਆਂਸਰ ਨਹੀਂ ਆਜੂਗਾ, ਬਿਲਕੁਲ ਆਜੂਗਾ ਜੀ। ਦੇਖੋ 4 ਦਾ ਕਿਊਬ ਕਿੰਨਾ ਹੁੰਦਾ ਗਾ, 64 ਹੁੰਦਾ ਗਾ, ਪਲੱਸ 1 ਕਰ ਦਿਓ, ਕਿੰਨਾ ਆਂਸਰ ਆਜੂਗਾ, 65, ਬਿਲਕੁਲ ਰਾਈਟ ਆਂਸਰ ਆਜੂ, ਠੀਕ ਆ ਜੀ। ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆਜੂਗਾ। ਸਮਝ ਆ ਗਿਆ ਸਾਰਿਆਂ ਨੂੰ? ਸੋ ਆਪਸ਼ਨ ਜ਼ਰੂਰ ਦੇਖ ਲਿਆ ਕਰੋ, ਜਦੋਂ ਆਹ 2 ਰਕਮਾਂ ਦਾ ਰਿਲੇਸ਼ਨ ਬਣਾਉਣੇ ਹੁੰਦੇ ਹੋਗੇ ਤਾਂ ਆਪਸ਼ਨ ਜ਼ਰੂਰ ਦੇਖ ਲਿਆ ਕਰੋ, ਠੀਕ ਆ ਜੀ। ਤਾਂ ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 3 ਦੇਖੋ, 3 ਤੋਂ ਕਹਿੰਦੇ 67 ਹੋ ਗਿਆ, ਤਾਂ 6 ਤੋਂ ਕੀ ਹੋਊਗਾ, ਤਾਂ 6 ਤੋਂ ਕੀ ਹੋਊਗਾ। ਤਾਂ ਦੇਖੋ ਇੱਥੇ ਓਬਵੀਅਸਲੀ ਸਕੇਅਰ ਤਾਂ ਨਹੀਂ ਕੋਈ ਹੁੰਦਾ, ਠੀਕ ਆ ਜੀ, ਕਿਊਬ ਹੀ ਹੋਊਗਾ ਕਿਉਂਕਿ ਰਕਮ ਬਹੁਤ ਤੇਜ਼ੀ ਨਾਲ ਵਧੀ ਹੋਈ ਹੈ, 3 ਤੋਂ 67 ਹੋਇਆ ਹੋਇਆ, ਠੀਕ ਆ ਜੀ। ਤਾਂ ਦੇਖੋ ਜੇ ਆਪਾਂ ਉਹ ਦੇਖੀਏ 4 ਦਾ ਕਿਊਬ ਦੇਖੀਏ, 4 ਦਾ ਕਿਊਬ ਦੇਖੀਏ, 64 ਹੁੰਦਾ ਪਰ ਇੱਧਰ ਨਹੀਂ ਬਣ ਰਿਹਾ। ਤਾਂ ਦੇਖੋ ਜੇ ਆਪਾਂ ਇਸ ਤਰ੍ਹਾਂ ਕਰੀਏ, 3 + 1 ਕਰ ਦਈਏ, 3 + 1 ਅਤੇ ਕਰ ਦਈਏ ਆਪਾਂ ਇਹਦਾ ਕਿਊਬ, +3 ਕਰ ਦਈਏ, 67 ਬਣਦਾ ਗਾ। ਕਿੰਨਾ ਬਣ ਗਿਆ, 3 + 1 ਕਿੰਨਾ ਹੁੰਦਾ, 4 ਹੁੰਦਾ ਗਾ, ਅਤੇ 4 ਦਾ ਕਿਊਬ ਕਿੰਨਾ ਹੁੰਦਾ ਗਾ, 64 ਹੁੰਦਾ, +3 ਕਰੀਏ, ਕਿੰਨਾ ਬਣ ਗਿਆ, 67 ਬਣ ਗਿਆ, ਬਿਲਕੁਲ ਬਣ ਗਿਆ, ਠੀਕ ਆ ਜੀ। ਹੁਣ ਅੱਗੇ ਕੀ ਕਰਾਂਗੇ ਆਪਾਂ, ਅੱਗੇ ਵੀ ਇਸ ਤਰ੍ਹਾਂ ਹੀ ਕਰਾਂਗੇ,
ਇਸ ਕਰਕੇ ਆਪਸ਼ਨ ਹੁਣ ਇੱਥੇ ਬਹੁਤ ਧਿਆਨ ਨਾਲ ਦੇਖਣੇ ਪੈਣੇਗਾ, ਠੀਕ ਆ ਜੀ। ਹੁਣ ਮੈਂ ਆਪਸ਼ਨਾਂ ਨੂੰ ਦੇਖ ਕੇ ਇੱਥੇ ਹੱਲ ਕੀਤਾ ਗਾ, ਤਾਂ ਕਰਕੇ ਆਪਣਾ ਆਂਸਰ ਬਣੂਗਾ ਬਣੂਗਾ। ਅੱਗੇ ਦੇਖੋ, 6+1 ਕਰੀਏ ਕਿੰਨਾ ਹੁੰਦਾ ਗਾ, 7 ਹੁੰਦਾ ਗਾ। 7 ਦਾ ਕਿਊਬ ਕਿੰਨਾ ਹੁੰਦਾ ਗਾ, 343। ਪਲੱਸ ਕਿੰਨਾ ਕਰਨਾ ਗਾ ਆਪਾਂ, 6 ਕਰਨਾ ਗਾ, ਕਿਉਂਕਿ ਜਿੰਨਾ ਆਪਾਂ ਜੋੜਦੇ ਹੁੰਦੇ ਹਾਂ ਉੱਨੀ ਆਪਾਂ ਪਲੱਸ ਕਰਦੇ ਹੁੰਦੇ ਹਾਂ, ਠੀਕ ਆ ਜੀ। ਇੱਧਰ ਵੀ ਆਪਾਂ ਹੀ ਕੀਤਾ, ਇੱਧਰ ਵੀ ਆਪਾਂ ਹੀ ਕਰਾਂਗੇ, ਤਾਂ ਪਲੱਸ 6 ਕਰਤਾ। 643 ਪਲੱਸ 6 ਕਿੰਨਾ ਹੁੰਦਾ ਗਾ, 349 ਹੁੰਦਾ ਗਾ। ਸੋ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜੂ, ਠੀਕ ਆ ਜੀ। ਸਾਰੇ ਜਣੇ ਨੋਟ ਕਰ ਲੈਣਾ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 4 ਦੇਖੋ। 68 ਤੋਂ 130 ਹੋ ਗਿਆ, ਫਿਰ ਆਪਾਂ ਨੇ ਦਿੱਤਾ ਹੋਇਆ ਪਹਿਲਾ ਕੁਸ਼ਚਨ ਮਾਰਕ ਦੇ ਤਾ 1 ਤੀ, ਫਿਰ ਆਪਾਂ ਨੂੰ ਦਿੱਤਾ ਹੋਇਆ ਗਾ 350, ਠੀਕ ਆ ਜੀ। ਫਿਰ ਆਪਾਂ ਨੂੰ ਕਿੰਨਾ ਦਿੱਤਾ ਹੋਇਆ 350। ਹੁਣ ਇੰਨਾ ਸੌਖਾ ਪ੍ਰਸ਼ਨ ਆ, ਪ੍ਰਸ਼ਨ ਨੂੰ ਧਿਆਨ ਨਾਲ ਦੇਖੋ। ਰੀਜਨਿੰਗ ਵਿੱਚ ਜੇ ਟਾਈਮ ਲੈਣਾ ਵੀ ਹੈਗਾ, ਪ੍ਰਸ਼ਨ ਨੂੰ ਧਿਆਨ ਨਾਲ ਦੇਖਣ ਵਿੱਚ ਲੈਣਾ, ਠੀਕ ਆ ਜੀ। ਤਾਂ ਦੇਖੋ, ਪ੍ਰਸ਼ਨ ਧਿਆਨ ਨਾਲ ਦੇਖੋ। ਹੁਣ ਜੇ ਜਿਨ੍ਹਾਂ ਨੇ ਕਿਊਬ ਅਤੇ ਸਕੇਅਰ ਆਉਂਦੇ ਹੋਣਗੇ, ਉਹ ਤਾਂ ਇਸ ਤਰ੍ਹਾਂ ਦੇ ਪ੍ਰਸ਼ਨ ਨੂੰ 10 ਸਕਿੰਟ ਤੋਂ ਵੱਧ ਲੈਂਦੇ ਨੇ, ਠੀਕ ਆ ਜੀ, ਹੱਲ ਕਰ ਦੇਣਗੇ। ਕਿਉਂਕਿ ਦੇਖੋ, ਉਰੇ ਆਪਣਾ ਕਿੰਨਾ ਹੋ ਰਿਹਾ ਗਾ, 4 ਦਾ ਕਿਊਬ ਕਿੰਨਾ ਹੁੰਦਾ ਗਾ, 64 ਹੁੰਦਾ। ਪਲੱਸ ਕਿੰਨਾ ਕਰੀਏ, 4 ਕਰੀਏ, 68 ਬਣਦਾ, ਠੀਕ ਆ ਜੀ। ਅਤੇ 5 ਦਾ ਕਿਊਬ ਕਿੰਨਾ ਹੁੰਦਾ ਗਾ, 5 ਦਾ ਕਿਊਬ ਕਿੰਨਾ ਹੁੰਦਾ, 125 ਹੁੰਦਾ। ਪਲੱਸ 5 ਕਰੀਏ, 130 ਬਣਦਾ, ਬਿਲਕੁਲ ਬਣਦਾ ਗਾ। ਤਾਂ ਇੱਥੇ 7 ਦਾ ਕਿਊਬ ਕਿੰਨਾ ਹੁੰਦਾ ਆਪਣਾ, 7 ਦਾ ਕਿਊਬ ਹੁੰਦਾ 343। ਪਲੱਸ ਕਿੰਨਾ ਕਰੀਏ, 7 ਕਰੀਏ, ਜਿੰਨੇ ਦਾ ਕਿਊਬ ਕਰ ਦਿਆਂਗੇ ਉੱਨੀ ਆਪਾਂ ਪਲੱਸ ਕਰਦੇ ਹਾਂ, ਠੀਕ ਆ ਜੀ। 7 ਦਾ ਕਿਊਬ ਕਿੰਨਾ ਹੁੰਦਾ ਗਾ, 343। 343 ਵਿੱਚ 7 ਜੋੜੀ ਕਿੰਨਾ ਬਣਦਾ, 350 ਬਣਦਾ। ਇੱਥੇ ਆਪਾਂ 4 ਦਾ ਕਿਊਬ ਕੀਤਾ, 4 ਪਲੱਸ ਕੀਤਾ। ਇੱਥੇ ਆਪਾਂ 5 ਦਾ ਕਿਊਬ ਕੀਤਾ, 5 ਪਲੱਸ ਕੀਤਾ, ਠੀਕ ਆ ਜੀ। ਇੱਥੇ 7 ਦਾ ਕਿਊਬ ਕੀਤਾ, 7 ਪਲੱਸ ਕੀਤਾ। ਅਤੇ ਇੱਥੇ ਕਿੰਨੇ ਦਾ ਕਰਾਂਗੇ, 6 ਦਾ ਕਰਾਂਗੇ, ਕਿਉਂਕਿ ਕੁਸ਼ਚਨ ਮਾਰਕ ਪਹਿਲਾਂ ਗਾ, ਠੀਕ ਆ ਜੀ, ਬਾਅਦ ਵਿੱਚ ਨਹੀਂ ਹੈਗਾ, ਕੁਸ਼ਚਨ ਮਾਰਕ ਪਹਿਲਾਂ ਗਾ। ਸੋ ਇੱਥੇ 6 ਦਾ ਕਿਊਬ ਕਿੰਨਾ ਹੁੰਦਾ ਗਾ, 6 ਦਾ ਕਿਊਬ ਕਿੰਨਾ ਹੁੰਦਾ ਗਾ, 216 ਹੁੰਦਾ ਗਾ, ਠੀਕ ਆ ਜੀ। ਪਲੱਸ ਕਿੰਨਾ ਹੋਊਗਾ, 6 ਹੀ ਹੋਊਗਾ, ਕਿਉਂਕਿ ਜਿੰਨੇ ਦਾ ਕਿਊਬ ਕਰ ਦਿਆਂਗੇ ਆਪਾਂ ਉੱਨੀ ਪਲੱਸ ਕਰ ਦਿਆਂਗੇ। ਸੋ ਆਪਣਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਂਸਰ ਆ, ਠੀਕ ਆ ਜੀ। ਸਾਰੇ ਜਣੇ ਨੋਟ ਕਰ ਲੈਣਾ ਗਾ। ਸੋ ਜਿਨ੍ਹਾਂ ਨੂੰ ਕਿਊਬ ਅਤੇ ਸਕੇਅਰ ਆਉਂਦੇ ਹੈਗੇ, ਇਹੋ ਜਿਹੇ ਸਵਾਲਾਂ ਨੂੰ 10 ਸਕਿੰਟ ਤੋਂ ਵੱਧ ਲੈਂਦੇ ਨਹੀਂ ਹੈਗੇ, ਠੀਕ ਆ ਜੀ। ਸੋ ਕਿਊਬ ਅਤੇ ਸਕੇਅਰ ਆਪਣੀ ਯਾਦ ਕਰੋ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 5 ਦੇਖੋ। ਇਹ ਹੈਗੀ ਆਪਣੀ ਲੈਟਰ ਅਨੋਲਜੀ ਆ, ਠੀਕ ਆ ਜੀ। ਇਹਦੇ ਵਿੱਚ ਕੀ ਕਰਨਾ ਹੁੰਦਾ ਗਾ, ਇਹਦੇ ਵਿੱਚ ਸਿੰਪਲ ਨੰਬਰ ਪਲੇਸਿੰਗ ਕਰਨੀ ਹੁੰਦੀ ਹੈਗੀ, ਜਿਵੇਂ ਏ ਨੂੰ 1, ਬੀ ਨੂੰ 2, ਸੀ ਨੂੰ 3, ਠੀਕ ਆ ਜੀ। ਇਸ ਤਰ੍ਹਾਂ ਜੈਡ ਤੱਕ ਕਿੰਨੇ ਹੁੰਦੇ ਹੈਗੇ, 26 ਹੁੰਦੇ ਹੈਗੇ। ਇਹਨਾਂ ਨੂੰ ਇੱਕ ਯਾਦ ਕਰਨ ਦਾ ਹੋਰ ਤਰੀਕਾ ਕੀ ਹੈਗਾ, ਇਜੋਟੀ ਯਾਦ ਕਰ ਲਓ। ਕੀ ਯਾਦ ਕਰ ਲਓ, ਇਜੋਟੀ ਯਾਦ ਕਰ ਲਓ। ਈ 5 ਨੰਬਰ 'ਤੇ ਹੁੰਦੀ ਹੈ, ਜੇ ਹੁੰਦੀ ਹੈਗੀ 10 ਨੰਬਰ 'ਤੇ, ਓ ਹੁੰਦੀ ਹੈ ਆਪਣੀ 15 ਨੰਬਰ 'ਤੇ, ਟੀ ਹੁੰਦੀ ਹੈ ਆਪਣੀ 20 ਨੰਬਰ 'ਤੇ, ਅਤੇ ਵਾਈ ਹੁੰਦੀ ਹੈ ਆਪਣੀ 25 ਨੰਬਰ 'ਤੇ, ਠੀਕ ਆ ਜੀ। ਜੇ ਤੁਸੀਂ ਇਹ 5 ਯਾਦ ਕਰ ਲਏ, ਬਾਕੀ ਤੁਹਾਡੇ ਆਟੋਮੈਟਿਕ ਯਾਦ ਹੋ ਜਾਣਗੇ। ਜੇ ਹੁਣ ਤੁਹਾਡੇ ਕੋਲ ਪੁੱਛਿਆ ਜਾਵੇ ਵੀ ਐੱਫ ਕਿਹੜੇ ਨੰਬਰ 'ਤੇ ਹੁੰਦੀ ਆ, ਤੁਸੀਂ ਕਹੋਗੇ ਈ 5 ਨੰਬਰ 'ਤੇ ਹੁੰਦੀ ਹੈਗੀ, ਤਾਂ ਐੱਫ ਆਪਣੀ 6 ਨੰਬਰ 'ਤੇ ਹੋਊਗੀ। ਜੇ ਪੁੱਛਿਆ ਜਾਵੇ ਐੱਚ ਕਿਹੜੇ ਨੰਬਰ 'ਤੇ ਹੁੰਦੀ ਆ, ਤੁਸੀਂ ਕਹੋਗੇ ਈ ਐੱਫ ਜੀ ਐੱਚ, ਐੱਚ ਆਪਣੀ 8 ਨੰਬਰ 'ਤੇ ਹੋਊਗੀ, ਠੀਕ ਆ ਜੀ। ਇਸ ਤਰ੍ਹਾਂ ਜੇ ਤੁਸੀਂ ਆਪਣੇ ਆਪ 5 ਯਾਦ ਕਰਦੇ ਹੋ, ਬਾਕੀ ਤੁਹਾਡੇ ਆਟੋਮੈਟਿਕ ਯਾਦ ਹੋ ਜਾਣਗੇ, ਠੀਕ ਆ ਜੀ। ਇਹਨੂੰ ਯਾਦ ਕਰ ਲਿਓ। ਤਾਂ ਦੇਖੋ, ਪ੍ਰਸ਼ਨ ਨੰਬਰ 5 ਦੇਖੋ। ਹਾਂਜੀ, ਇਹਦੇ ਵਿੱਚ ਤਾਂ ਧਿਆਨ ਨਾਲ ਦੇਖੋ ਪ੍ਰਸ਼ਨ ਨੂੰ। ਇਹਦੇ ਵਿੱਚ ਸਿੰਪਲ ਨੰਬਰ ਪਲੇਸਿੰਗ ਕਰਨ ਦੀ ਲੋੜ ਹੀ ਨਹੀਂ ਹੈਗੀ। ਦੇਖੀ ਆਪਾਂ ਐੱਮ ਤੋਂ ਐੱਨ, ਐੱਮ ਐੱਨ ਓ ਪੀ ਕਿਊ, ਪਰ ਫਿਰ ਵੀ ਤੁਸੀਂ ਨੰਬਰ ਪਲੇਸਿੰਗ ਕਰ ਲਿਆ ਕਰੋ, ਕਿਉਂਕਿ ਇਹਦੇ ਨਾਲ ਗਲਤੀ ਦੀ ਗੁੰਜਾਇਸ਼ ਨਹੀਂ ਰਹਿੰਦੀ, ਠੀਕ ਆ ਜੀ। ਤਾਂ ਦੇਖੋ, ਐੱਮ ਓ ਬੀ ਆਈ ਐੱਲ ਈ ਮੋਬਾਈਲ, ਠੀਕ ਆ ਜੀ। ਮੋਬਾਈਲ ਤੋਂ ਕੀ ਬਣ ਗਿਆ, ਐੱਨ ਕਿਊ ਈ ਐੱਮ ਕਿਊ ਕੇ, ਠੀਕ ਆ ਜੀ, ਆਹ ਬਣ ਗਿਆ। ਤਾਂ ਐੱਮ ਹੁੰਦੀ ਆਪਣੀ 13ਵੇਂ ਨੰਬਰ 'ਤੇ, ਕਿ ਓ ਹੁੰਦੀ ਆਪਣੀ 15 ਨੰਬਰ 'ਤੇ, ਬੀ ਹੁੰਦੀ ਆਪਣੀ 2 ਨੰਬਰ 'ਤੇ, ਆਈ ਹੁੰਦੀ ਆ 9ਵੇਂ ਨੰਬਰ 'ਤੇ, ਐੱਲ ਹੁੰਦੀ ਆ 12 'ਤੇ, ਈ ਹੁੰਦੀ ਆ 5 ਨੰਬਰ 'ਤੇ, ਠੀਕ ਆ ਜੀ। ਐੱਨ ਹੁੰਦੀ ਆਪਣੀ 14ਵੇਂ ਨੰਬਰ 'ਤੇ, ਕਿਊ 17 'ਤੇ, ਈ ਹੁੰਦੀ ਆ 5 ਨੰਬਰ 'ਤੇ, ਐੱਮ ਹੁੰਦੀ ਆਪਣੀ 13ਵੇਂ ਨੰਬਰ 'ਤੇ, ਕਿਊ 17 'ਤੇ, ਕੇ ਹੁੰਦੀ ਆਪਣੀ 11ਵੇਂ ਨੰਬਰ 'ਤੇ, ਠੀਕ ਆ ਜੀ। ਇੰਨੀ ਤੇਜ਼ੀ ਨਾਲ ਕਰਨੀ ਪਊਗੀ ਤੁਹਾਨੂੰ ਨੰਬਰ ਪਲੇਸਿੰਗ। ਤਾਂ ਦੇਖੋ, 13 ਤੋਂ 14 ਹੋ ਗਿਆ, 1 ਨੰਬਰ ਹੋ ਗਿਆ, ਠੀਕ ਆ ਜੀ। 15 ਤੋਂ 17 ਹੋ ਗਿਆ, 2 ਦਾ ਡਿਫਰੈਂਸ ਪੈ ਰਿਹਾ ਹੈਗਾ। 2 ਤੋਂ ਕਿੰਨਾ ਬਣਾਤਾ, 5 ਬਣਾਤਾ, 3 ਬਣਾਤਾ, ਠੀਕ ਆ ਜੀ, 3 ਦਾ ਡਿਫਰੈਂਸ ਹੋ ਰਿਹਾ ਹੈਗਾ। 9 ਤੋਂ ਕਿੰਨਾ ਹੋ ਗਿਆ, 13 ਹੋ ਗਿਆ, 4 ਦਾ ਡਿਫਰੈਂਸ ਹੋ ਗਿਆ। 12 ਤੋਂ ਕਿੰਨਾ ਹੋ ਗਿਆ, 17 ਹੋ ਗਿਆ, 5 ਦਾ ਡਿਫਰੈਂਸ ਹੋ ਗਿਆ। 5 ਤੋਂ ਕਿੰਨਾ ਹੋ ਗਿਆ, 11 ਹੋ ਗਿਆ, 6 ਦਾ ਡਿਫਰੈਂਸ ਹੋ ਗਿਆ। ਕੀ ਹੋ ਰਿਹਾ ਹੈਗਾ, ਜਿੰਨੇ ਨੰਬਰ 'ਤੇ ਲੈਟਰ ਆਗਾ ਉਨੇ ਉਹਨਾਂ ਦਾ ਡਿਫਰੈਂਸ ਪਾਈ ਜਾਂਦਾ, ਠੀਕ ਆ ਜੀ। ਹੁਣ ਮੰਨ ਲਓ ਜਿਹੜਾ ਆਪਣ ਬੀ ਆਗਾ, ਇਹ ਮੋਬਾਈਲ ਵਿੱਚ 9ਵੇਂ ਨੰਬਰ 'ਤੇ ਆ, 3ਜੇ ਨੰਬਰ 'ਤੇ ਆ ਗਿਆ, ਇਹਦੀ ਫੇਸ ਵੈਲਿਊ ਕਿੰਨੀ ਹੈਗੀ, 2 ਆ ਗਈ। ਤਾਂ 2 ਵਿੱਚ ਕਿੰਨਾ ਜੋੜਤਾ, 3 ਜੋੜਤਾ, ਬਸ ਕਿੰਨਾ ਬਣ ਗਿਆ, 5 ਬਣ ਗਿਆ। ਆਪਾਂ ਫੋਨ ਵਿੱਚ ਵੀ ਇੱਦਾਂ ਹੀ ਕਰਾਂਗੇ। ਤਾਂ ਲਿਖੋ, ਫੋਨ ਨੂੰ ਲਿਖੋ। ਤਾਂ ਫੋਨ ਆਪਾਂ ਲਿਖ ਲਿਆ, ਪੀ ਕਿਹੜੇ ਨੰਬਰ 'ਤੇ ਹੁੰਦੀ ਆ, 16ਵੇਂ ਨੰਬਰ 'ਤੇ ਹੁੰਦੀ ਆ, ਐੱਚ 8 'ਤੇ ਹੁੰਦੀ ਆ, ਓ ਹੁੰਦੀ ਆ 15 'ਤੇ, ਐੱਨ ਹੁੰਦਾ 14ਵੇਂ 'ਤੇ, ਠੀਕ ਆ ਜੀ। ਈ ਹੁੰਦੀ ਆਪਣੇ 5 ਨੰਬਰ 'ਤੇ, ਠੀਕ ਆ ਜੀ। ਤਾਂ 16 ਤੋਂ ਕੀ ਬਣ ਜੂ, 17 ਬਣ ਜੂ। 8 ਤੋਂ ਕਿੰਨੇ ਜੋੜਾਂਗੇ, 2 ਜੋੜਾਂਗੇ, 10 ਬਣ ਜੂ, ਠੀਕ ਆ ਜੀ। 15 ਵਿੱਚ ਕਿੰਨੇ ਜੋੜਾਂਗੇ, 3 ਜੋੜਾਂਗੇ, 18 ਬਣ ਜੂ। 14 ਵਿੱਚ ਕਿੰਨੇ ਜੋੜਾਂਗੇ, 4 ਜੋੜਾਂਗੇ, 18 ਬਣ ਜੂ। 5 ਵਿੱਚ ਕਿੰਨੇ ਜੋੜਾਂਗੇ, 5 ਜੋੜਾਂਗੇ, 10 ਬਣ ਜੂ, ਠੀਕ ਆ ਜੀ। 17 'ਤੇ ਹੁੰਦੀ ਆਪਣੀ ਕਿਊ, 10 'ਤੇ ਹੁੰਦਾ ਜੇ, ਆਰ ਹੁੰਦੀ ਆਪਣੀ 18 ਨੰਬਰ 'ਤੇ, 18 ਨੰਬਰ 'ਤੇ ਆਰ ਫੇਰ ਆ ਗਈ ਆਪਣੀ, 10 ਨੰਬਰ 'ਤੇ ਹੁੰਦੀ ਆਪਣੀ ਜੇ, ਠੀਕ ਆ ਜੀ। ਕਿਊ ਜੇ ਆਰ ਆਰ ਜੇ, ਆਪਸ਼ਨ ਨੰਬਰ ਏ ਆ ਜੂ, ਠੀਕ ਆ ਜੀ, ਬਿਲਕੁਲ ਰਾਈਟ ਆਂਸਰ। ਇਸ ਤਰ੍ਹਾਂ ਕਰਨਾ, ਤੇਜ਼ੀ ਨਾਲ ਪ੍ਰਸ਼ਨ ਕਰਨੇ ਆਗੇ, ਨੰਬਰ ਪਲੇਸਿੰਗ ਕਰ ਲਿਆ ਕਰੋ, ਇਹਦੇ ਨਾਲ ਗਲਤੀ ਦੀ ਗੁੰਜਾਇਸ਼ ਨਹੀਂ ਰਹਿੰਦੀ। ਵੈਸੇ ਤੁਸੀਂ ਜੇ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਸਿੰਪਲ ਪ੍ਰਸ਼ਨ ਕੱਢ ਸਕਦੇ ਹੋ ਬਿਨਾਂ ਨੰਬਰ
ਤਾਂ ਆਪਸ਼ਨ ਨੂੰ ਵੀ ਧਿਆਨ ਨਾਲ ਦੇਖੋ ਉਹ ਹਰੇਕ ਆਪਸ਼ਨ ਵਿੱਚ ਕੀ ਕੀਤਾ ਹੋਇਆ ਗਾ ਪਹਿਲਾ ਪਹਿਲਾ ਲੈਟਰ ਅਲੱਗ ਅਲੱਗ ਦਿੱਤਾ ਹੋਇਆ ਠੀਕ ਆ ਜੀ ਤਾਂ ਆਪਾਂ ਨੂੰ ਕੀ ਕਰਨ ਦੀ ਲੋੜ ਆ ਸਿਰਫ ਪਹਿਲਾ ਲੈਟਰ ਕੱਢਣ ਦੀ ਲੋੜ ਆ ਗਈ ਤਾਂ ਦੇਖੋ ਡਰਾਈਵ ਵਿੱਚ ਜਿਹੜਾ ਈ ਹੈਗਾ ਉਹ ਐਂਡ 'ਤੇ ਦਿੱਤਾ ਹੋਇਆ ਗਾ ਇਹਦੇ ਵਿੱਚ ਜਿਹੜਾ ਈ ਹੈਗਾ ਉਹ ਪਹਿਲਾਂ ਦਿੱਤਾ ਹੋਇਆ ਠੀਕ ਆ ਜੀ ਡਰਾਈਵ ਵਿੱਚ ਈ ਐਂਡ 'ਤੇ ਆ ਇਹਦੇ ਵਿੱਚ ਈ ਪਹਿਲ 'ਤੇ ਆ ਇਹਦੇ ਵਿੱਚ ਫਿਰ ਆਪਾਂ ਕੀ ਕਰਾਂਗੇ ਐਮ ਐਂਡ 'ਤੇ ਆ ਗਈ ਆਪਾਂ ਐਮ ਪਹਿਲ 'ਤੇ ਰੱਖਾਂਗੇ ਠੀਕ ਆ ਜੀ ਐਮ ਕੇਵਲ ਆਪਸ਼ਨ ਨੰਬਰ ਬੀ 'ਚ ਆ ਗਈ ਹੋਰ ਕਿਤੇ ਵੀ ਪਹਿਲ 'ਤੇ ਨਹੀਂ ਹੈਗੀ ਸੋ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜੂ ਠੀਕ ਆ ਜੀ ਸਾਰਾ ਕੱਢਣ ਦੀ ਲੋੜ ਹੀ ਨਹੀਂ ਹੈਗੀ ਠੀਕ ਆ ਜੀ ਇਸ ਤਰ੍ਹਾਂ ਤੁਸੀਂ ਆਪਸ਼ਨਾਂ ਨੂੰ ਵੀ ਧਿਆਨ ਨਾਲ ਦੇਖਿਆ ਕਰੋ ਉੱਥੇ ਆਪਣਾ ਆਂਸਰ ਛੇਤੀ ਬਣ ਜਾ ਕਰੋ ਠੀਕ ਆ ਜੀ ਚਲੋ ਅਗਲਾ ਪ੍ਰਸ਼ਨ ਦੇਖੋ ਜੀ ਹਾਂਜੀ ਪ੍ਰਸ਼ਨ ਨੰਬਰ 7 ਦੇਖੋ ਇੱਕ ਕੰਮ ਕਰੋ ਆਹ ਪ੍ਰਸ਼ਨ ਦਾ ਆਂਸਰ ਤੁਸੀਂ ਕਮੈਂਟ ਕਰਕੇ ਦੱਸੋ ਠੀਕ ਆ ਜੀ ਅਤੇ ਸਾਰੇ ਵਿਦਿਆਰਥੀ ਨੇ ਸਹੀ ਆਂਸਰ ਦੇਣਾ ਗਾ ਆਹ ਪ੍ਰਸ਼ਨ ਦਾ ਆਂਸਰ ਤੁਸੀਂ ਕਮੈਂਟ ਕਰਕੇ ਦੱਸੋ ਚਲੋ ਜੀ ਅਗਲਾ ਪ੍ਰਸ਼ਨ ਦੇਖੋ ਹਾਂਜੀ ਪ੍ਰਸ਼ਨ ਨੰਬਰ 8 ਦੇਖੋ ਕਹਿੰਦੇ ਮੈਲਟ ਤੋਂ ਲਿਕੁਇਡ ਹੋ ਗਿਆ ਤਾਂ ਫ੍ਰੀਜ਼ ਤੋਂ ਕੀ ਹੋਊਗਾ ਹਾਂ ਵੀ ਮੈਲਟ ਕਿਹਨੂੰ ਕਹਿੰਦੇ ਹੁੰਦਾ ਕਿ ਮੈਲਟ ਹੁੰਦਾ ਪਿਘਲਣਾ ਪਿਘਲ ਕੇ ਵਸਤੂ ਕੀ ਹੋ ਜਾਂਦੀ ਹੈ ਤਰਲ ਪਦਾਰਥ ਬਣ ਜਾਂਦੀ ਹੈ ਲਿਕੁਇਡ ਬਣ ਜਾਂਦੀ ਹੈ ਠੀਕ ਆ ਜੀ ਫ੍ਰੀਜ਼ ਕੀ ਹੁੰਦਾ ਜੰਮਣਾ ਜੰਮ ਕੇ ਵਸਤੂ ਕੀ ਹੋ ਜਾਂਦੀ ਹੈ ਸੋਲਿਡ ਹੋ ਜਾਂਦੀ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਂਸਰ ਆ ਠੀਕ ਆ ਜੀ ਇਹ ਹੈਗੀ ਆਪਣੀ ਵਰਡ ਐਨਾਲੋਜੀ ਆ ਠੀਕ ਆ ਜੀ ਇਸ ਤੋਂ ਵੀ ਇੱਕ ਦੋ ਪ੍ਰਸ਼ਨ ਦੇਖਣ ਨੂੰ ਮਿਲ ਜਾਂਦੇ ਹੁੰਦੇ ਆਗੇ ਚਲੋ ਜੀ ਅਗਲਾ ਪ੍ਰਸ਼ਨ ਦੇਖੋ ਹਾਂਜੀ ਪ੍ਰਸ਼ਨ ਨੰਬਰ 8 ਦੇਖੋ ਫਰਾਂਸ ਤੋਂ ਯੂਰਪ ਹੋ ਗਿਆ ਬ੍ਰਾਜ਼ੀਲ ਤੋਂ ਕੀ ਹੋਊਗਾ ਤਾਂ ਦੇਖੋ ਜੀ ਜਿਹੜੀ ਫਰਾਂਸ ਕੰਟਰੀ ਹੈਗੀ ਇਹ ਯੂਰਪ ਮਹਾਂਦੀਪ ਵਿੱਚ ਆ ਠੀਕ ਆ ਜੀ ਅਤੇ ਜਿਹੜੀ ਬ੍ਰਾਜ਼ੀਲ ਕੰਟਰੀ ਹੈਗੀ ਇਹ ਕਿੱਥੇ ਹੈਗੀ ਇਹ ਹੈਗੀ ਆ ਸਾਊਥ ਅਮਰੀਕਾ ਮਹਾਂਦੀਪ ਵਿੱਚ ਠੀਕ ਆ ਜੀ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜੂਗਾ ਚਲੋ ਜੀ ਅਗਲਾ ਦੇਖੋ ਹੁਣ ਆਪਾਂ ਕਰਾਂਗੇ ਨੰਬਰ ਐਂਡ ਅਲਫਾਬੈਟ ਸੀਰੀਜ਼ ਠੀਕ ਆ ਜੀ ਹਾਂਜੀ ਨੰਬਰ ਸੀਰੀਜ਼ ਦਾ ਜਿਹੜਾ ਬੇਸ ਹੈਗਾ ਉਹ ਕੀ ਹੈਗਾ ਉਹ ਡਿਫਰੈਂਸ ਆ ਠੀਕ ਆ ਜੀ ਕੀ ਹੈਗਾ ਉਹ ਡਿਫਰੈਂਸ ਹੈਗਾ ਉਹ ਵੀ ਆਪਾਂ ਪ੍ਰਸ਼ਨ ਦੇ ਹਿਸਾਬ ਨਾਲ ਹੁੰਦਾ ਗਾ ਵੀ ਕਿਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਹੈਗੇ ਉਸ ਤਰ੍ਹਾਂ ਹੱਲ ਕਰੀਦੇ ਹੁੰਦੇ ਹੈਗੇ ਉਹ ਆਪਾਂ ਅੱਗੇ ਕਰਾਂਗੇ ਤਾਂ ਦੇਖੋ ਪ੍ਰਸ਼ਨ ਨੰਬਰ 9 ਦੇਖੋ ਹਾਂਜੀ ਜੇ ਇਸ ਤਰ੍ਹਾਂ ਦੇ ਪ੍ਰਸ਼ਨ ਮਿਲ ਜਾਣ ਜਿਵੇਂ 3 ਤੋਂ 10 ਹੋ ਗਿਆ ਫਿਰ ਆਪਣਾ 20 ਹੋ ਗਿਆ ਫਿਰ ਆਪਣਾ 33 ਹੋ ਗਿਆ ਫਿਰ ਆਪਣਾ 49 ਹੋ ਗਿਆ ਫਿਰ ਆਪਣਾ 68 ਹੋ ਗਿਆ ਫਿਰ ਆਪਣਾ ਕੀ ਹੈਗਾ ਕੁਐਸਚਨ ਮਾਰਕ ਠੀਕ ਆ ਜੀ ਇਹਨੂੰ ਕੀ ਕਹਿੰਦੇ ਹੈਗੇ ਇਹਨੂੰ ਕਹਿੰਦੇ ਹੈਗੇ ਸਲੋ ਸੀਰੀਜ਼ ਕੀ ਕਹਿੰਦੇ ਹੈਗੇ ਸਲੋ ਸੀਰੀਜ਼ ਕਹਿੰਦੇ ਹੈਗੇ ਜਿਵੇਂ 3 ਤੋਂ 10 ਫਿਰ 20 ਜੇ ਮੰਨ ਲਓ 3 ਤੋਂ 70 ਹੋ ਜੇ ਫਿਰ ਆਪਣਾ 160 ਹੋ ਜੇ ਇਹਨੂੰ ਕੀ ਕਹਾਂਗੇ ਇਹਨੂੰ ਕਹਾਂਗੇ ਫਾਸਟ ਸੀਰੀਜ਼ ਠੀਕ ਆ ਜੀ ਇਹ ਫਾਸਟ ਸੀਰੀਜ਼ ਹੋ ਗਈ ਆਹ ਆਪਣੀ ਕੀ ਹੋ ਗਈ ਸਲੋ ਸੀਰੀਜ਼ ਠੀਕ ਆ ਜੀ ਸਲੋ ਸੀਰੀਜ਼ ਹੋਣੀ ਚਾਹੀਦੀ ਹੈਗੀ ਅਤੇ ਹੋਣੀ ਚਾਹੀਦੀ ਹੈਗੀ ਵਾਧੇ ਕ੍ਰਮ ਵਿੱਚ ਵਾਧੇ ਕ੍ਰਮ ਵਿੱਚ ਮਤਲਬ 3 ਤੋਂ 10 ਹੋ ਗਿਆ ਫਿਰ 20 ਹੋ ਗਿਆ ਫਿਰ 33 ਹੋ ਗਿਆ ਮਤਲਬ ਵੱਧ ਰਹੀ ਆ ਠੀਕ ਆ ਜੀ ਸਲੋ ਵੱਧ ਰਹੀ ਆ ਪਰ ਵੱਧ ਰਹੀ ਹੈਗੀ ਤਾਂ ਇਹੋ ਜਿਹੇ ਸਵਾਲਾਂ ਵਿੱਚ ਕੀ ਦੇਖਣਾ ਗਾ ਇਹੋ ਜਿਹੇ ਸਵਾਲਾਂ ਵਿੱਚ ਸਭ ਤੋਂ ਪਹਿਲਾਂ ਦੇਖਣਾ ਗਾ ਆਪਣਾ ਡਿਫਰੈਂਸ ਠੀਕ ਆ ਜੀ ਕੀ ਦੇਖਣਾ ਗਾ ਡਿਫਰੈਂਸ ਦੇਖਣਾ ਹੋਰ ਕੁਝ ਵੀ ਨਹੀਂ ਦੇਖਣਾ ਤਾਂ 3 ਤੋਂ 10 ਦਾ ਦੇਖੋ 7 ਦਾ ਡਿਫਰੈਂਸ ਆ ਗਿਆ 10 ਤੋਂ 20 10 ਦਾ ਡਿਫਰੈਂਸ ਆ ਗਿਆ 20 ਤੋਂ 33 ਕਿੰਨਾ ਡਿਫਰੈਂਸ ਹੋ ਗਿਆ 13 ਦਾ ਹੋ ਗਿਆ ਠੀਕ ਆ ਜੀ 33 ਤੋਂ 49 ਕਿੰਨਾ ਡਿਫਰੈਂਸ ਹੋ ਗਿਆ 16 ਦਾ ਹੋ ਗਿਆ 49 ਤੋਂ 68 ਕਿੰਨੇ ਦਾ ਹੋ ਗਿਆ 19 ਦਾ ਡਿਫਰੈਂਸ ਹੋ ਗਿਆ ਠੀਕ ਆ ਜੀ ਕੀ ਹੋ ਰਿਹਾਗਾ ਡਿਫਰੈਂਸ ਵਿੱਚ 3-3 ਦਾ ਵਾਧਾ ਹੋ ਰਿਹਾ ਹੈਗਾ ਪਹਿਲਾਂ 7 ਦਾ ਸੀ ਫਿਰ 10 ਦਾ ਸੀ ਫਿਰ 13 ਦਾ ਸੀ ਫਿਰ 16 ਦਾ ਹੋ ਗਿਆ ਫਿਰ 19 ਦਾ ਹੋ ਗਿਆ ਹੁਣ ਅੱਗੇ ਕਿੰਨੇ ਦਾ ਆਊਗਾ 22 ਦਾ ਹੀ ਆਊਗਾ ਠੀਕ ਆ ਜੀ ਤਾਂ 68 ਵਿੱਚ 22 ਜੋੜ ਦਿਓ ਕਿੰਨਾ ਆ ਜੂਗਾ 90 ਆਪਣਾ ਆਂਸਰ ਆ ਜੂਗਾ ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਂਸਰ ਆ ਜੂ ਠੀਕ ਆ ਜੀ ਇਸ ਤਰ੍ਹਾਂ ਕਰਨਾ ਜਦੋਂ ਵੀ ਆਪਾਂ ਨੂੰ ਸਲੋ ਸੀਰੀਜ਼ ਮਿਲ ਜੇ ਵਾਧੇ ਕ੍ਰਮ ਵਿੱਚ ਭਾਵੇਂ ਘਟਦੇ ਕ੍ਰਮ ਵਿੱਚ ਠੀਕ ਆ ਜੀ ਭਾਵੇਂ ਵੱਧ ਰਹੀ ਹੈਗੀ ਭਾਵੇਂ ਘਟ ਰਹੀ ਹੈਗੀ ਆਪਾਂ ਸਭ ਤੋਂ ਪਹਿਲਾਂ ਕੀ ਦੇਖਣਾ ਗਾ ਸਭ ਤੋਂ ਪਹਿਲਾਂ ਆਪਾਂ ਡਿਫਰੈਂਸ ਦੇਖਣਾ ਠੀਕ ਆ ਜੀ ਇਸ ਗੱਲ ਨੂੰ ਨੋਟ ਕਰੋ ਚਲੋ ਜੀ ਅਗਲਾ ਪ੍ਰਸ਼ਨ ਦੇਖੋ ਹਾਂਜੀ ਪ੍ਰਸ਼ਨ ਨੰਬਰ 10 ਦੇਖੋ ਕੀ ਦਿੱਤਾ ਹੋਇਆ 2 5 9 19 37 75 ਫਿਰ ਕੁਐਸਚਨ ਮਾਰਕ ਠੀਕ ਆ ਜੀ ਅਗਲੀ ਟਰਮ ਪੁੱਛਦੇ ਆਪਾਂ ਤੋਂ ਤਾਂ ਦੇਖੋ ਕੀ ਹੋ ਰਿਹਾ ਸੀਰੀਜ਼ ਵੱਧ ਰਹੀ ਆ ਠੀਕ ਆ ਜੀ ਵਾਧੇ ਕ੍ਰਮ ਵਿੱਚ ਹੈਗੀ ਅਤੇ ਸਲੋ ਸੀਰੀਜ਼ ਹੈਗੀ ਆਪਣੀ ਪਹਿਲੀ ਅਪਰੋਚ ਕੀ ਹੋਊਗੀ ਵੀ ਆਪਾਂ ਡਿਫਰੈਂਸ ਦੇਖਾਂਗੇ ਠੀਕ ਆ ਜੀ ਅੰਤਰ ਦੇਖਾਂਗੇ ਤਾਂ ਦੇਖੋ 2 ਤੋਂ 5 ਦਾ 3 ਦਾ ਡਿਫਰੈਂਸ 5 ਤੋਂ 9 4 ਦਾ 9 ਤੋਂ 19 ਕਿੰਨੇ ਦਾ ਹੈਗਾ 10 ਦਾ ਡਿਫਰੈਂਸ ਠੀਕ ਆ ਜੀ ਤਾਂ ਦੇਖੋ ਹੁਣ ਆਪਾਂ ਨੂੰ ਪਤਾ ਚੱਲ ਰਿਹਾ ਵੀ ਜੇ ਆਪਾਂ ਡਿਫਰੈਂਸ ਨਾਲ ਚੱਲਾਂਗੇ ਅੱਗੇ ਤਾਂ ਆਪਣੀ ਸੀਰੀਜ਼ ਬਣਨੀ ਨਹੀਂ ਹੈਗੀ ਠੀਕ ਆ ਜੀ ਦੇਖੋ 3 ਦਾ ਹੋ ਗਿਆ 4 ਦਾ ਹੋ ਗਿਆ 10 ਦਾ ਹੋ ਗਿਆ ਇਹਨਾਂ ਵਿੱਚ ਕੋਈ ਵੀ ਰਿਲੇਸ਼ਨ ਨਹੀਂ ਬਣਦਾ ਹੈਗਾ ਤਾਂ ਆਪਾਂ ਇਹਨੂੰ ਇੱਥੇ ਸਮਾਪਤ ਕਰੋ 3 ਤੱਕ ਦੇਖ ਲਿਆ ਕਰੋ 3 ਤੱਕ ਕੱਢ ਕੇ ਦੇਖ ਲਿਆ ਕਰੋ ਜੇ 3 ਤੱਕ ਡਿਫਰੈਂਸ ਨਾ ਬਣੇ ਤਾਂ ਹੋਰ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਆ ਜੀ ਅਤੇ ਹੁਣ ਆਪਾਂ ਇਹ 'ਚ ਕੀ ਦੇਖਾਂਗੇ ਤਾਂ ਆਪਾਂ ਇਹ 'ਚ ਗੁਣਾ ਦੇਖਾਂਗੇ ਠੀਕ ਆ ਜੀ ਅਤੇ ਗੁਣਾ ਵੀ ਇਸ ਤਰ੍ਹਾਂ ਦੇਖਾਂਗੇ ਤਾਂ ਦੇਖੋ ਆਪਾਂ ਜੇ 2 ਤੋਂ 5 ਬਣਾਉਣਾ ਗਾ 2 ਤੋਂ 5 ਬਣਾਉਣਾ ਆਪਣਾ ਟਾਰਗੇਟ ਆ ਠੀਕ ਆ ਜੀ ਤਾਂ ਦੇਖੋ ਜੇ ਆਪਾਂ 2 ਤੋਂ 5 ਬਣਾਉਣਾ ਗਾ ਇਸ ਤਰ੍ਹਾਂ ਬਣਾਉਣਾ ਗਾ ਵੀ ਆਪਣੀ ਸਾਰੀ ਸੀਰੀਜ਼ ਚੱਲੇ ਅੱਗੇ ਤਾਂ ਦੇਖੋ ਜੇ ਆਪਾਂ 2 ਦੀ 2 ਨਾਲ ਗੁਣਾ ਕਰੀਏ ਕਿੰਨਾ ਬਣ ਗਿਆ 4 ਬਣ ਗਿਆ ਪਲੱਸ 1 ਕਰ ਦਈਏ 5 ਬਣਦਾ ਬਿਲਕੁਲ ਬਣਦਾ ਜੇ ਆਪਾਂ 5 ਦੀ 2 ਨਾਲ ਗੁਣਾ ਕਰੀਏ ਮਾਈਨਸ 1 ਕਰ ਦਈਏ ਕਿੰਨਾ ਬਣਦਾ 9 ਬਣਦਾ ਬਿਲਕੁਲ ਬਣਦਾ ਆਪਣੀ ਸੀਰੀਜ਼ ਬਣ ਗਈ ਜੀ ਦੇਖੋ 9 ਦੀ 2 ਨਾਲ ਗੁਣਾ ਕਰੀਏ ਕਿੰਨਾ ਬਣਦਾ ਗਾ 18 ਬਣਦਾ ਪਲੱਸ 1 ਕਰ ਦਈਏ ਕਿੰਨਾ ਬਣਦਾ ਗਾ 19 ਬਣਦਾ ਬਿਲਕੁਲ ਬਣਦਾ ਠੀਕ ਆ ਜੀ 19 ਦੀ 2 ਨਾਲ ਗੁਣਾ ਕਰੀਏ ਕਿੰਨਾ ਕਰਾਂਗੇ ਮਾਈਨਸ 1 ਕਰਾਂਗੇ ਪਹਿਲਾਂ ਪਲੱਸ 1 ਕੀਤਾ ਸੀ ਇੱਕ ਵਾਰ ਕੀ ਕਰਦੇ ਹੁੰਦੇ ਮਾਈਨਸ 1 ਕਰਦੇ ਹਾਂ ਤਾਂ 19 ਦੀ 2 ਨਾਲ ਗੁਣਾ ਕਰੀਏ 38 ਹੁੰਦਾ ਗਾ ਮਾਈਨਸ 1 ਕਰੀ 37 ਬਣਦਾ ਬਿਲਕੁਲ ਬਣਦਾ 37 ਦੀ 2 ਨਾਲ ਗੁਣਾ ਕਰੀਏ ਕਿੰਨਾ ਬਣਦਾ ਗਾ 37 ਦੂਣਾ 74 ਮਾਈਨਸ ਕਿੰਨਾ ਕਰਾਂਗੇ ਪਲੱਸ ਕਿੰਨਾ ਕਰਾਂਗੇ ਸੋਰੀ 1 ਕਰਾਂਗੇ 75 ਬਣਦਾ ਠੀਕ ਆ ਜੀ ਤਾਂ
ऑप्शन नंबर अपना बी आ जाओ, बिल्कुल राइट आंसर 149 आ गया। ठीक है जी, तो इस तरह देखा करो, जे डिफरेंस नाल गल ना बने तीन तक कढ के देखा करो, केवल तीन टर्मा कढ के देख लिया करो, जे ना गल बने फिर होर तरीके नाल कढ़न की कोशिश करा करो। ठीक है जी, तो चलो जी अगला प्रश्न देखो। हाँ जी, प्रश्न नंबर 11 देखो, की दिता हुआ 31, 17, फिर दिता हुआ अपना 48, फिर दिता हुआ 65, फिर 113, फिर दिता हुआ अपना क्वेश्चन मार्क। ठीक है जी, आ रकम दिती हुई हैगी, तो प्रश्न ध्यान ना देखो, रीडिंग जो टाइम लेना मैं तुम्हें फिर दस रहा है, तो प्रश्न ध्यान ना देखने लैना है, आंसर वह अपने आप बिचों बन जूगा। ठीक है जी, तो प्रश्न ध्यान ना देखो, इतने 37, 31, 17, तो देखो जी आप, तो देखो जे आप 31 17 का प्लस करिए 48 बन रहा। ठीक है जी, बनता बिल्कुल बनता, करके देखो जे आप 31 17 का प्लस करिए 48 बनता गा, तो 17 तो 48 का प्लस करिए 65 बनता, बिल्कुल बनता। ठीक है जी, बस की हो रहा, प्लस हो रहा और कुछ नहीं हो रहा। ठीक है जी, पहली दो रकम का प्लस हो रहा, अपनी तीजी रकम बनती हैगी, तो देखो 31 से 17 प्लस करिए 48 बनता गा, 17 तो 48 का प्लस करिए 65 बनता, बिल्कुल बनता। ठीक है जी, तो अपना 48 तो 65 का प्लस करिए कि बनता गा, 113 बनता। हाँ जी, ये भी बिल्कुल बनता गा, तो हूँ अगे की करा आप, 65 तो 113 का प्लस करा, तो अपना आंसर आजगा आजगा, देखो करके देखो, तो देखो 113 में 65 जोड़ो कि बन गया, 178 बन गया, कि बन गया 178 बन गया, कितने पिया गा, ऑप्शन नंबर सी च पिया, ऑप्शन नंबर सी बिल्कुल राइट आंसर आज। ठीक है जी, तो इस तरह प्रश्न ध्यान ना देखा करो, आंसर वह अपने आप बिचों बन जाओ। ठीक है जी, चलो अगला प्रश्न देखो जी। हाँ जी, प्रश्न नंबर 12 देखो, की दिता हुआ आपको, 2, 7, 5, 2, 3, 1 क्वेश्चन मार्क। ठीक है जी, आ दिता हुआ आपको, तो सीरीज ना वाधे करम ना घटते करम आ गई, ध्यान ना देखो प्रश्न नू, 2 तो 7। हाँ जी, प्रश्न ध्यान ना देखो की हो रहा है, देखो तो देखो जो 2 तो 7 का डिफरेंस आ कि गा, वो 5 का गा, तो की करता इन्होंने 5 नू अगली टर्म बनाता। ठीक है जी, 2 तो 7 के अंतर नू की करता इन्होंने अगली टर्म बनाता, तो 7 तो 5 का डिफरेंस कि गा, 2 का गा, तो 2 नू इन्होंने की करता अगली टर्म बनाता। ठीक है जी, बस कुछ नहीं करते, विचले जो अंतर आगा उन्हों अगली टर्म बनाई जाते। ठीक है जी, तो 5 तो 2 के बीच कि अंतर आगा, 3 का अंतर आगा, तो 3 नू इन्होंने की करता अगली टर्म बनाता। ठीक है जी, तो 2 तो 3 के बीच कि अंतर आगा, 1 का अंतर आगा, तो 1 नू इन्होंने अगली टर्म बनाता गा, तो 3 तो फिर 1 के बीच कि अंतर आगा, 2 का अंतर आगा, तो फिर अपना आंसर कि आजगा, 2 आजगा, बिल्कुल राइट आंसर। ठीक है जी, 2 अपना बिल्कुल राइट आंसर आजगा, सो ऑप्शन नंबर सी बिल्कुल राइट आंसर आजगा, सारे नोट कर लेना। ठीक है जी, चलो अगला प्रश्न देखो जी। हाँ जी, प्रश्न नंबर 13 देखो, की दिता हुआ 1, 3, 9, 31, फिर अपना दिता हुआ 129। ठीक है जी, फिर अपना है क्वेश्चन मार्क। ठीक है जी, आ दिता हुआ अपन, तो की आ सीरीज बढ़ रही है। ठीक है जी, थोड़ी तेजी ना बढ़ रही है। ठीक है जी, क्योंकि इतने 1 तो 3 होया, फिर 9 हो गया, फिर 31 हो गया, फिर अपना की हो गया 31 तो सीधा 129 हो गया, तो थोड़ी तेजी ना बढ़ रही है। तो आप इतने मल्टीप्लाई देखांगे सब तो पहला, तो देखो जी आप करिए एक गल होर, जे तुसी कदे भी मल्टीप्लाई देखनी सीरीज विच, ते पहली टर्म 1 दित्ती होवे, तुसी कदे भी पहले ते दूजे नूं छेड़ना नहीं हैगा। ठीक है जी, ये गल नोट करियो, पहले ते दूजे नूं नहीं छेड़ना, की करना गा, दूजे ते तीजे देखना। ठीक है जी, इन्हां विच कोई रिलेशन बनाउणा गा, तो देखो जी आपां करिए 3 दी 2 ना गुणा करिए, 3 गुणा 2 करिए, प्लस जी आपां 3 करिए कितना बणू, 9 बणदा, बिल्कुल बणदा, 3 गुणा 2 6 प्लस 3 9 बणदा, बिल्कुल बणदा। तो अगे जी आपां करिए 9 गुणा 3 करिए, प्लस 4 करिए, फिर अपना 31 बनता। ठीक है जी, अपनी सीरीज इस तरह बन सकती है। ठीक है जी, तो देखो जी आप पहले 2 ना गुणा की, फिर प्लस 3 किया, फिर गुणा 3 ना की 9 की, फिर प्लस 4 किया, अपना 31 बन गया। ठीक है जी, अगली टर्म बन गई, तो हूँ इतने आप पहली भी देख, हूँ अपनी 2 बन गई, हूँ आप पहली देख सकते हैं। तो देखो 1 ना गुणा कर दिए, जो आप प्लस 2 कर दिए, अपना 3 बनता, बिल्कुल बनता, तो अपनी सीरीज बन गई, पहले 1 ना गुणा की प्लस 2 किया, फिर 2 ना गुणा की प्लस 3 किया, फिर 3 ना गुणा की प्लस 4 किया, हूँ अगे की करा 31 दी 4 ना गुणा करांगे, प्लस कितना करांगे, 5 करांगे, इस तरह सीरीज चल रही अपनी। ठीक है जी, इस तरह ही करांगे, तो 31 दी 4 ना गुणा करूँ, 4 3 12 1 4 4 कितना आ गया, 124 आ गया, 124 में 5 जोड़ो कितना बनता, 129 बनता, बिल्कुल बनता। ठीक है जी, हूँ अगे की करांगे आप, फिर पहले 4 ना की 5 प्लस किया, हूँ अगे की करांगे 5 ना गुणा करांगे, प्लस कितना करांगे, 6 करांगे। ठीक है जी, प्लस 6 करांगे, तो 129 दी 5 ना गुणा करो कितना बनता, 500 सीधा बन गया, 5 2 10 600, 9 5 45, 645 पिछ 6 जोड़ दो, 645 में 6 जोड़ दो कितना आ गया, 651 आंसर आ गया, ऑप्शन नंबर सी बिल्कुल राइट आंसर आज। ठीक है जी, ऑप्शन नंबर सी बिल्कुल राइट आंसर आजगा। तो इस तरह जो भी तुहानू कोई गुणा करके देखनी पै रही हैगी, तो पहली टर्म 1 आ रही हैगी। ठीक है जी, तो पहली टर्म 1 आ रही हैगी, तो कदे भी पहले तो दूजी टर्म ना छेड़ो, दूजे तो तीजे करके देखा करो। ठीक है जी, तो जो अपनी सीरीज बन जाए, फिर पहले भी हल कर लिया करो। ठीक है जी, इस तरह कराया करो। चलो जी अगला प्रश्न देखो।
हाँ जी प्रश्न नंबर 14 देखो की दिता हुआ है। 4, 5, 6, 9, 8, 13 फिर अपना 10 आ गया, फिर आ गया अपना क्वेश्चन मार्क। ठीक है जी, आ दिता हुआ है तो की हो रहा अपना 4 तो 5, 6, 9 इत तक बढ़ रही है, फिर घट गई, फिर बढ़ गई, फिर घट गई। ठीक है जी, तो जो भी तुहानू इस तरह की चीज़ मिले ना वाधे क्रम हो घटते क्रम हो कदे कद घट जाए। ठीक है जी, तो की करना गा पहले तो दूजे कदे भी छेड़ना नहीं। ठीक है जी, पहले तो दूजे कदे भी छेड़ना की करना गा, पहले तो तीजे का देखना। ठीक है जी, पहले तो तीजे का देखना संबंध। तो देखो 4 तो 6 देखो 2 का डिफरेंस आ गया, तो 6 तो 8 2 का। हाँ जी, तो बिल्कुल बन गई सिंपल ही है जी, 8 तो 10 2 का आ गया। ठीक है जी, तो इतने हूँ जी एक सीरीज़ बन गई तो दूजी भी अपनी ऑटोमैटिक बनूगी बनूगी। ठीक है जी, तो देखो 5 तो 9 4 का डिफरेंस आ गया, 9 तो 13 4 का आ गया। ठीक है जी, तो हम 13 तो फिर किन्ने 4 ही जाऊगा, 13 में 4 जोड़ दो कि बन गया अपना 17 बन गया। 17 बिल्कुल राइट आंसर आ। ठीक है जी, ऑप्शन नंबर डी बिल्कुल राइट आंसर आजगा। चलो जी अगला प्रश्न देखो। हाँ जी, प्रश्न नंबर 15 देखो की दिता हुआ अपना 132 फिर 142 फिर अपना 158 दिता हुआ, फिर दिता हुआ अपना 183 फिर दिता हुआ 219। ठीक है जी, आ रकम दिखती हुई ने इन गलत देखना भी गलत कहड़ा गा, तो की हो रहा वाधे क्रम में सीरीज आ गई। तब सब तो पहले की देखा डिफरेंस देखा। ठीक है जी, तो देखो 132 तो 142 का 10 का डिफरेंस है। ठीक है जी, 142 तो 58 का कितना डिफरेंस है, 16 का आ गया। 158 तो 183 का कितना डिफरेंस है, यह है अपना 25 का। ठीक है जी, 183 तो 219 का कितना है, यह है अपना 37 का। ठीक है जी, तो देखो की हो रहा है, 16 कितना होता है, 4 का स्केयर होता। ठीक है जी, 25 कितना होता, 5 का स्केयर होता है, 37 कितना होता है, 6 का स्केयर होता। ठीक है जी, जो 10 है किसी का स्केयर नहीं होता, इतने 9 आना चाहिए। ठीक है जी, मतलब इतने 133 आना चाहिए सगा, सो अपना 132 गलत टर्म है। ठीक है जी, ऑप्शन नंबर ए बिल्कुल राइट आंसर आजगा, सारे जन ने नोट कर लेना। चलो जी अगला प्रश्न देखो। हाँ जी, प्रश्न नंबर 16 देखो, ये भी गलत चुनना गा, तो देखो की दिता हुआ अपन 56, 63, 74, 88 फिर आ गया अपना 104 फिर दिता हुआ 123 फिर आ गया अपना 146। ठीक है जी, आपको आ रकम दिती हुई है। ठीक है जी, तो देखो की हो रहा सीरीज वाधे क्रम आ गई, आप देखा सब तो पहला डिफरेंस देखा। ठीक है जी, तो देखो 56 तो 63 की हो गया, 7 डिफरेंस हो गया। ठीक है जी, तो 63 तो 74 हो गया अपने 11 का, तो 74 तो 88 कितना अंतर हो गया, यह हो गया अपना 14 का हो गया, 88 तो 104 ये हो गया अपना 16 का अंतर, 104 तो 123 ये हो गया 19 का अंतर। ठीक है जी, तो 123 तो 146 हो गया अपना 23 का अंतर। ठीक है जी, तो ये देखो 16, 2 ते ईवन नंबर, तो देखो ध्यान ना देखो 7, 11, 19 तो 23 ये 4 की ने गए अपने, ये 4 की ने गए अपने, ये 4 अपने प्राइम नंबर ने, की ने गए प्राइम नंबर ने, पर 14 ते 16 प्राइम नंबर नहीं है। ठीक है जी, 14 ते 16 प्राइम नंबर नहीं है, भाव संख्या में नहीं है, सो इस करके अपना जो 88 हैगा ये गलत होना चाहिए। ठीक है जी, इतने की होना चाहिए सगा, जे इतने मान लो 87 लाइए आप किन्ने का अंतर होजूगा, इतने 13 का होजूगा, तो इतने किन्ने का अंतर होजूगा, 87 तो इतने 17 का होजू। ठीक है, हाँ जी, उरे 87 होना चाहिए सगा, तो देखो उरे 13 आ जाता, जे 87 होंगे 88 जगह पर तो उरे 13 आ जाता, उरे की आ जाता गा, उरे आ जाता 17। ठीक है जी, ये सारे की हो जाते, सारे सीरीज़ में की हो जाते, ये की हो जाते प्राइम नंबर हो जाते। ठीक है जी, इस करके जो अपना 88 हैगा ये बिल्कुल गलत है, ऑप्शन नंबर बी बिल्कुल राइट आंसर आज। ठीक है जी, चलो अगला प्रश्न देखो जी। हाँ जी, प्रश्न नंबर 17 देखो, इन अलग चुनना गा भी यह 4 अलग कहड़ा गा, तो देखो इस तरह के प्रश्नों में सब तो पहला डिजिट सम देखी होंगे गा, तो देखो आप डिजिट सम देख देंगे, जिवें 393 हैगा, जो आप डिजिट सम करा 3 + 9 + 3 कि आ गया, यह आ गया अपना 15 बन गया। हाँ जी बिल्कुल बनता, तो 4 + 4 = 441 का करा, +1 कि बनता गा, यह बनता अपना 9 बनता। ठीक है जी, 3 + 8 + 4 कि बनता, यह बनता अपना 15 बनता, तो 6 + 0 + 0 कि बनता, 6 बनता। तो इन्हों देखो 15 भी 3 डिविजिबल आ, 9 भी है। ठीक है, 15 फिर आ गया, तो 6 भी 3 डिविजिबल हैगा, तो इन कोई भी अलग नहीं लग रहा, होर कोई तरीके क्ढना पैना गा। तो देखो 393, 441, 384, 600। ठीक है जी, तो देखो ध्यान ना देखो, तो देखो जी आप 3 ना गुणा करिए 9 बनता है ना जी, 3 गुणा करिए 9 बनता। हाँ जी, आप निकल गया अपना आंसर, तो देखो 3 गुणा करिए 9 बनता, 42 टर्म लिखती। ठीक है जी, तो 4 की 4 1 गुणा करिए, 4 की 1 गुणा करिए 4 बनता। ठीक है जी, बस सैड वाले की गुणा करके 42 लिखता उन्होंने। ठीक है जी, होर कुछ नहीं किया इन्होंने, तो 3 की 4 गुणा करिए 8 बनता, 3 की 4 गुणा करिए 12 बनता। ठीक है जी, सो अपना ऑप्शन नंबर सी अलग आ गया, क्योंकि जब आप 6 की 0 ना करिए तो 0 बनता गा, यही सही है। ठीक है जी, जब अपना
ਜਿਹੜਾ ਸੀ ਹੈਗਾ ਇਹ ਅਲੱਗ ਆ, ਠੀਕ ਆ ਜੀ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਂਸਰ ਆ ਜੂਗਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 18 ਦੇਖੋ, ਇਹ ਆ ਗਈ ਆਪਣੀ ਐਲਫਾਬੈਟ ਸੀਰੀਜ਼ ਆ ਗਈ, ਠੀਕ ਆ ਜੀ। ਇਹਦੇ ਵਿੱਚ ਵੀ ਸਿੰਪਲ ਕੀ ਕਰਨਾ ਹੁੰਦਾ, ਨੰਬਰ ਪਲੇਸਿੰਗ ਕਰਨੀ ਹੁੰਦੀ ਹੈਗੀ। ਤਾਂ ਦੇਖੋ ਕੀ ਦਿੱਤਾ ਹੋਇਆ ਆਪਾਂ ਨੂੰ, ਓ ਆਰ ਯੂ ਐਕਸ ਏ ਡੀ, ਫਿਰ ਆ ਗਿਆ ਆਪਣਾ ਕੁਸ਼ਚਨ ਮਾਰਕ, ਠੀਕ ਆ ਜੀ। ਆਪਾਂ ਨੂੰ ਆਹ ਦਿੱਤਾ ਹੋਇਆ, ਆਪਾਂ ਨੰਬਰ ਪਲੇਸਿੰਗ ਕਰਾਂਗੇ, ਓ 15 ਅਤੇ ਆਰ ਹੁੰਦੀ 18 ਅਤੇ ਯੂ ਹੁੰਦੀ ਹੈ 21 ਅਤੇ ਐਕਸ ਹੁੰਦੀ ਹੈ ਆਪਣੀ 24 ਅਤੇ ਏ ਹੁੰਦੀ ਹੈ 1 ਨੰਬਰ ਅਤੇ ਡੀ ਹੁੰਦੀ ਹੈ ਆਪਣੀ 4 ਨੰਬਰ 'ਤੇ, ਠੀਕ ਆ ਜੀ। ਤਾਂ ਸੀਰੀਜ਼ ਕੀ ਆ ਗਈ, ਵਾਧੇ ਕਰਮ ਵਿੱਚ ਆ ਗਈ। ਆਪਾਂ ਸਭ ਤੋਂ ਪਹਿਲਾਂ ਕੀ ਦੇਖਾਂਗੇ, ਡਿਫਰੈਂਸ ਦੇਖਾਂਗੇ, ਠੀਕ ਆ ਜੀ। ਤਾਂ 15 ਤੋਂ 18 ਦਾ ਕਿੰਨਾ ਆ ਗਿਆ, 3 ਦਾ, 18 ਤੋਂ 21 ਦਾ ਕਿੰਨਾ ਡਿਫਰੈਂਸ ਆ, 3 ਦਾ ਡਿਫਰੈਂਸ ਆ, 21 ਤੋਂ 24 ਦਾ 3 ਦਾ ਹੈਗਾ, ਠੀਕ ਆ ਜੀ। ਅਤੇ 24 ਤੋਂ 1 ਦਾ, ਇਹਨਾਂ ਵਿੱਚ ਵੀ 3 ਦਾ ਡਿਫਰੈਂਸ ਆ, ਠੀਕ ਆ ਜੀ। ਕਿਵੇਂ ਆਗਾ, ਹੁਣ ਦੇਖੋ ਵੀ ਆਪਣੇ ਜਿਹੜੇ ਐਲਫਾਬੈਟ ਸੀਰੀਜ਼ ਲੈਟਰ ਹੁੰਦੇ ਆਗੇ ਕਿੰਨੇ ਹੁੰਦੇ ਆਗੇ, 26 ਹੁੰਦੇ ਆ ਜੈਡ ਤੱਕ, ਠੀਕ ਆ ਜੀ। 26 ਲੈਟਰ ਹੁੰਦੇ ਆਗੇ। ਹੁਣ ਮੰਨ ਲਓ ਆਪਣੇ 26 ਤੱਕ ਸਮਾਪਤ ਹੋ ਗਏ, ਹੁਣ ਆਪਾਂ 24 ਵਿੱਚ 3 ਜੋੜਨਾ, ਆਪਣੇ 27 ਬਣਦੇ ਆਗੇ। ਤਾਂ ਪਰ ਕੀ ਕਰਦੇ ਆਗੇ, 1 ਏ ਤੋਂ ਫੇਰ ਸਟਾਰਟ ਕਰ ਲੈਣਾ, ਠੀਕ ਆ ਜੀ। ਏ ਤੋਂ ਫੇਰ ਸਟਾਰਟ ਕਰ ਲੈਣਾ ਗਾ। ਤਾਂ ਮੰਨ ਲਓ ਹੁਣ ਜੇ ਆਪਾਂ 24 ਵਿੱਚ 3 ਜੋੜੇ, ਕਿੰਨੇ ਬਣ ਗਏ ਆਪਣੇ 27 ਬਣ ਗਏ। ਤਾਂ ਫਿਰ ਆਪਣਾ ਜਿਹੜਾ 26 ਤੱਕ ਸਮਾਪਤ ਹੋ ਗਏ, ਤਾਂ ਫਿਰ ਕਿੱਥੋਂ ਸਟਾਰਟ ਹੋ ਜੂਗਾ, ਏ ਤੋਂ ਫੇਰ ਸਟਾਰਟ ਹੋ ਜੂ, ਠੀਕ ਆ ਜੀ। ਤਾਂ ਪਹਿਲੇ ਨੰਬਰ 'ਤੇ ਏ ਆ ਗਈ, ਤਾਂ ਆਪਣਾ ਏ ਆ ਗਿਆ, ਠੀਕ ਆ ਜੀ। ਹੁਣ ਏ ਵਿੱਚ ਅੱਗੇ 3 ਜੋੜਾਂਗੇ, ਤਾਂ ਆਪਣਾ ਡੀ ਬਣ ਗਿਆ, 4 ਆਉਂਦਾ, ਠੀਕ ਆ ਜੀ। ਤਾਂ ਆਪਣਾ ਕੀ ਆਜੂਗਾ ਇੱਥੇ, ਅੱਗੇ ਵੀ 3 ਜੋੜ ਕੇ 7 ਆਜੂਗਾ। 7 ਨੰਬਰ 'ਤੇ ਕੀ ਹੁੰਦਾ ਹੋਗਾ, 7 ਨੰਬਰ 'ਤੇ ਹੁੰਦੀ ਹੈ ਜੀ ਆਪਣੀ, ਕੀ ਹੁੰਦੀ ਹੈਗੀ, ਜੀ ਹੁੰਦੀ ਹੈ। ਆਪਸ਼ਨ ਨੰਬਰ ਆਪਣਾ ਬੀ ਬਿਲਕੁਲ ਰਾਈਟ ਆਂਸਰ ਆਜੂ, ਠੀਕ ਆ ਜੀ। ਸਾਰੇ ਜਣੇ ਨੋਟ ਕਰਨਾ, ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆਜੂਗਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 19 ਦੇਖੋ, ਕੀ ਦਿੱਤਾ ਹੋਇਆ ਆਪਾਂ ਨੂੰ। ਤਾਂ ਦੇਖੋ ਆਪਾਂ ਨੂੰ ਬੀ ਸੀ ਜੈੱਡ ਡੀ ਈ ਵਾਈ। ਤਾਂ ਦੇਖੋ ਪ੍ਰਸ਼ਨ ਨੂੰ ਧਿਆਨ ਨਾਲ ਦੇਖੋ, ਆਪਾਂ ਨੂੰ ਇਹਦੇ ਵਿੱਚ ਨੰਬਰ ਪਲੇਸਿੰਗ ਕਰਨ ਦੀ ਵੀ ਲੋੜ ਨਹੀਂ ਹੈਗੀ। ਤਾਂ ਦੇਖੋ ਬੀ ਤੋਂ ਬਾਅਦ ਕੀ ਆਉਂਦਾ ਹੁੰਦਾ, ਸੀ ਆਉਂਦਾ ਹੁੰਦਾ। ਇਹਨਾਂ ਨੇ ਦੋ ਪੇਅਰ ਇਕੱਠੇ ਦੇਤੇ, ਠੀਕ ਆ ਜੀ। ਜਿਹੜਾ ਜੈੱਡ ਹੈਗਾ ਇਹ ਆਪਣਾ ਐਂਡ ਵਾਲਾ ਕੀ ਹੈਗਾ, ਐਲਫਾਬੈਟ, ਠੀਕ ਹੈ, ਸਭ ਨੂੰ ਪਤਾ ਹੈਗਾ। ਉਦੋਂ ਬਾਅਦ 'ਚ ਦੂਜੇ ਵਿੱਚ ਕੀ ਦਿੱਤਾ ਹੋਇਆ ਇਹਨਾਂ ਨੇ, ਦੂਜੇ ਵਿੱਚ ਦਿੱਤਾ ਹੋਇਆ ਆਪਾਂ ਨੂੰ ਡੀ ਈ ਇਕੱਠੇ ਆਉਂਦੇ ਹੁੰਦੇ ਆ, ਠੀਕ ਆ ਜੀ। ਡੀ ਤੋਂ ਬਾਅਦ ਕੀ ਆਉਂਦਾ ਹੁੰਦਾ, ਈ ਆਉਂਦਾ ਹੁੰਦਾ। ਉਸ ਤੋਂ ਬਾਅਦ ਜਿਹੜਾ ਐਂਡ ਵਾਲਾ ਅੱਖਰ ਦੂਜੇ ਨੰਬਰ 'ਤੇ ਕਿਹੜਾ ਹੈਗਾ, ਵਾਈ ਆ, ਓ ਦਿੱਤਾ, ਠੀਕ ਆ ਜੀ। ਉਸ ਤੋਂ ਬਾਅਦ ਐਫ ਜੀ ਆ, ਇਸ ਤਰ੍ਹਾਂ ਸਾਰੇ ਇਹਨਾਂ ਨੇ ਪੇਅਰ ਦਿੱਤੇ ਹੋਏ ਹੈਗੇ, ਬੀ ਸੀ ਡੀ ਈ ਐਫ ਜੀ ਐਚ ਆਈ। ਅੱਗੇ ਕੀ ਆਊਗਾ ਫਿਰ ਆਪਣਾ, ਐਚ ਆਈ ਤੋਂ ਬਾਅਦ ਕੀ ਆਉਂਦਾ ਹੁੰਦਾ, ਐਚ ਆਈ ਆਈ ਤੋਂ ਬਾਅਦ ਕੀ ਆਉਂਦਾ ਹੁੰਦਾ ਹੈਗਾ, ਜੇ ਕੇ, ਕੀ ਆਉਂਦਾ ਹੁੰਦਾ ਹੈਗਾ, ਜੇ ਕੇ। ਅਤੇ ਡਬਲਯੂ ਤੋਂ ਪਹਿਲਾਂ ਅੱਖਰ ਕਿਹੜਾ ਹੁੰਦਾ, ਡਬਲਯੂ ਤੋਂ ਪਹਿਲਾਂ ਕਿਹੜਾ ਹੁੰਦਾ ਹੈਗਾ, ਅਤੇ ਕਿਉਂਕਿ ਡਬਲਯੂ ਤੋਂ ਪਹਿਲਾਂ ਵਾਲਾ ਲੱਗੂਗਾ, ਠੀਕ, ਕਿਉਂਕਿ ਆਪਣੀ ਜੈੱਡ ਦਿੱਤੀ ਹੋਈ ਇਹਨਾਂ ਨੇ ਸਭ ਤੋਂ ਐਂਡ ਵਾਲੀ। ਉਸ ਤੋਂ ਬਾਅਦ ਦਿੱਤਾ ਇਹਨਾਂ ਨੇ ਬਾਈ, ਠੀਕ ਆ ਜੀ। ਉਸ ਤੋਂ ਬਾਅਦ ਦਿੱਤਾ ਇਹਨਾਂ ਨੇ ਐਕਸ। ਉਸ ਤੋਂ ਬਾਅਦ ਆ ਗਈ ਆਪਣੀ ਡਬਲਯੂ। ਡਬਲਯੂ ਤੋਂ ਪਹਿਲਾਂ ਕੀ ਹੁੰਦੀ ਹੈਗੀ, ਬੀ ਹੁੰਦੀ ਹੈ, ਠੀਕ ਆ ਜੀ। ਤਾਂ ਜੇ ਕੇ ਬੀ ਬਿਲਕੁਲ ਰਾਈਟ ਆਂਸਰ ਆਜੂ, ਠੀਕ ਆ ਜੀ। ਆਪਸ਼ਨ ਨੰਬਰ ਆਪਣਾ ਸੀ ਬਿਲਕੁਲ ਰਾਈਟ ਆਂਸਰ ਆਜੂ। ਸਾਰੇ ਜਣੇ ਨੇ ਨੋਟ ਕਰ ਲੈਣਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 20 ਦੇਖੋ, ਕੀ ਦਿੱਤਾ ਹੋਇਆ ਆਪਾਂ ਨੂੰ, ਕੇ ਜੇ ਐਨ ਜੀ, ਫਿਰ ਕੀ ਹੈਗਾ ਆਪਾਂ ਨੂੰ, ਕਿਊ ਡੀ, ਫਿਰ ਆ ਗਿਆ ਆਪਣਾ ਕੁਸ਼ਚਨ ਮਾਰਕ, ਫਿਰ ਆ ਗਿਆ ਡਬਲਯੂ ਐਕਸ, ਠੀਕ ਆ ਜੀ। ਆਹ ਦਿੱਤਾ ਹੋਇਆ ਆਪਾਂ ਨੂੰ। ਤਾਂ ਸਿੰਪਲ ਆਪਾਂ ਨੰਬਰ ਪਲੇਸਿੰਗ ਕਰਾਂਗੇ, ਕੇ ਹੁੰਦੀ ਹੈ 11 ਅਤੇ ਜੇ 10 ਅਤੇ ਐਨ ਹੁੰਦੀ ਆਪਣੀ 14 ਅਤੇ ਜੀ ਹੁੰਦੀ ਹੈ 7 ਨੰਬਰ 'ਤੇ, ਕਿਊ ਹੁੰਦੀ ਹੈ ਆਪਣੀ 17 ਨੰਬਰ 'ਤੇ, ਅਤੇ ਡੀ ਹੁੰਦੀ ਹੈ ਆਪਣੀ 4 ਨੰਬਰ 'ਤੇ, ਠੀਕ ਆ ਜੀ। ਫਿਰ ਆ ਗਿਆ ਆਪਣੇ ਕੁਸ਼ਚਨ ਮਾਰਕ, ਅਤੇ ਆਪਣੀ ਡਬਲਯੂ ਹੁੰਦੀ ਹੈ 23 ਨੰਬਰ 'ਤੇ, ਐਕਸ ਹੁੰਦੀ ਹੈ ਆਪਣੀ 24ਵੇਂ ਨੰਬਰ 'ਤੇ, ਠੀਕ ਆ ਜੀ। ਤਾਂ ਆਪਾਂ ਸਾਰੇ ਨੰਬਰਿੰਗ ਕਰਤੀ। ਤਾਂ ਹੁਣ ਆਪਾਂ ਕੀ ਦੇਖਾਂਗੇ, ਪਹਿਲੇ ਤੋਂ ਪਹਿਲੇ ਦਾ ਡਿਫਰੈਂਸ ਦੇਖਾਂਗੇ, ਠੀਕ ਆ ਜੀ, ਲੈਟਰ ਦਾ। ਕਿਉਂਕਿ ਵਾਧੇ ਕਰਨ ਵਿੱਚ ਆ ਗਈ, ਪਹਿਲਾਂ 11 ਫਿਰ 14 ਫਿਰ 17। ਦੇਖੋ 3 ਦਾ ਆ ਗਿਆ, 14 ਤੋਂ 17 3 ਦਾ ਆ ਗਿਆ, ਠੀਕ ਆ ਜੀ। ਤਾਂ ਅੱਗੇ ਵੀ ਫਿਰ ਆਪਣਾ ਇੱਥੇ ਪਹਿਲਾਂ ਕੀ ਆਊਗਾ, 3 ਦਾ ਹੀ ਆਊਗਾ। ਜੇ ਸਹੀ ਆਊਗਾ ਕਿ ਨਾ, ਤਾਂ 3 ਜੋੜੋ 17 ਵਿੱਚ, ਕਿੰਨਾ 20 ਆ ਗਿਆ। 20 ਤਾਂ ਕੀ ਹੁੰਦਾ ਆਪਣਾ, ਟੀ ਹੁੰਦਾ, ਠੀਕ ਆ ਜੀ, ਕੀ ਹੁੰਦਾ ਗਾ, ਟੀ ਹੁੰਦਾ। ਤਾਂ ਆਪਾਂ ਨੂੰ ਪਹਿਲਾ ਲੈਟਰ ਪਤਾ ਚੱਲ ਗਿਆ, ਇਹ ਸਹੀ ਆ ਕਿ ਨਾ ਕਿਵੇਂ ਪਤਾ ਕਰਾਂਗੇ। ਤਾਂ ਅੱਗੇ ਵੀ ਕਰਕੇ ਦੇਖੋ, 20 ਵਿੱਚ 3 ਜੋੜੋ, ਕਿੰਨਾ ਆਉਂਦਾ, 23 ਆਉਂਦਾ, 23 ਅਤੇ ਡਬਲਯੂ ਆਉਂਦਾ, ਠੀਕ ਆ ਜੀ। ਤਾਂ ਬਿਲਕੁਲ ਸਹੀ ਹੈਗਾ। ਹੁਣ ਇੱਕ ਸਹੀ ਬਣ ਗਈ, ਦੂਸਰੇ ਆਟੋਮੈਟਿਕ ਸਹੀ ਬਣੂਗੀ। ਤਾਂ 10 ਤੋਂ 7 3 ਦਾ, 7 ਤੋਂ 4 3 ਦਾ ਡਿਫਰੈਂਸ ਆ, ਠੀਕ ਆ ਜੀ। ਤਾਂ ਇੱਥੇ ਵੀ ਕੀ ਆਊਗਾ, 3 ਦਾ ਡਿਫਰੈਂਸ ਹੀ ਆਊਗਾ, ਘੱਟ ਰਿਹਾ, ਠੀਕ ਆ ਜੀ। ਪਹਿਲਾਂ 10 ਦਾ ਸੀ, ਫਿਰ 7 ਦਾ ਸੀ, ਫਿਰ 4 ਦਾ ਹੋ ਗਿਆ, ਹੁਣ ਕਿੰਨੇ ਦਾ ਆਊਗਾ, 1 ਦਾ ਆਊਗਾ, ਠੀਕ ਆ ਜੀ। 1 ਦੇ ਕੀ ਹੁੰਦੇ ਆ, ਏ ਹੁੰਦੀ ਆ। ਤਾਂ ਟੀ ਏ ਬਿਲਕੁਲ ਰਾਈਟ ਆਂਸਰ ਆਜੂਗਾ, ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਂਸਰ ਆਜੂਗਾ, ਟੀ ਏ, ਠੀਕ ਆ ਜੀ। ਚਲੋ ਅਗਲਾ ਪ੍ਰਸ਼ਨ ਦੇਖੋ। ਹਾਂਜੀ ਇਹ ਆ ਗਿਆ ਆਪਣੇ ਰਿਪੀਟਰ ਸੀਰੀਜ਼ ਦੇ ਪ੍ਰਸ਼ਨ, ਇਹ ਕਿਸ ਤਰ੍ਹਾਂ ਕਰੀਦੇ ਹੁੰਦੇ ਆ। ਹਾਂਜੀ ਇਹ ਕਰੀਦੇ ਹੁੰਦੇ ਆ, ਪਹਿਲਾਂ ਇਹਨੂੰ ਤਾਰ ਲਓ, ਐਚ ਸਪੇਸ ਈ ਜੀ ਸਪੇਸ ਐਫ ਈ ਜੀ ਐਚ ਸਪੇਸ ਈ ਜੀ ਐਚ ਸਪੇਸ ਐਫ ਈ ਸਪੇਸ, ਠੀਕ ਆ ਜੀ। ਆ ਦਿੱਤਾ ਹੋਇਆ ਆਪਾਂ ਨੂੰ। ਤਾਂ ਕਿਵੇਂ ਕਰੀਦੇ ਹੁੰਦੇ ਆ, ਤਾਂ ਪਹਿਲਾਂ ਇਹਨੂੰ ਵਿੱਚ ਲੈਟਰ ਗਿਣੋ, ਲੈਟਰ ਕਿੰਨੇ ਨੇਗੇ, 1 2 3 4 5 6 7 8 9 10 11 12 13 14 15 16, ਠੀਕ ਆ ਜੀ। ਬਲੈਂਕਸਾਂ ਵੀ ਨਾਲ ਗਿਣੀਆਂ ਹੈਗੀਆਂ, 16 ਲੈਟਰ ਨੇ ਕੁੱਲ। ਤਾਂ ਕੀ ਕਰੋ, ਇਹਨਾਂ ਦਾ ਪੇਅਰ ਬਣਾ ਲਓ, ਕਿੰਨੇ ਕਿੰਨੇ ਦਾ ਪੇਅਰ ਬਣ ਜੂਗਾ, 16 ਨੇ 4 ਦੇ ਪੇਅਰ ਬਣ ਜਾਣਗੇ। 1 2 3 4 1 ਬਣ ਗਿਆ, 1 2 3 4 1 ਬਣ ਗਿਆ, 1 2 3 4 ਆ 1 ਬਣ ਗਿਆ, 1 2 3 4, ਠੀਕ ਆ ਜੀ, ਆ 1 ਪੇਅਰ ਬਣ ਗਿਆ। ਤਾਂ ਕੀ ਕਰਨਾ ਗਾ, ਤਾਂ ਦੇਖੋ ਆਹ ਪੇਅਰ ਵਿੱਚ ਐਚ ਦੇ ਅੱਗੇ ਬਲੈਂਕਸ ਆ ਗਈ,
ਇਹਦੇ ਵਿੱਚ ਕੀ ਹੈਗੀ ਐਫ ਦਿੱਤੀ ਹੋਈ ਹੈ ਤਾਂ ਇੱਥੇ ਐਫ ਭਰ ਦਾਂਗੇ। ਆਹ ਪੇਅਰ ਵਿੱਚ ਐਫ ਦੇ ਮੂਹਰੇ ਕੀ ਹੈ ਬਲੈਂਕਸ ਹੈਗੀ, ਇਹਦੇ ਵਿੱਚ ਐਚ ਦਿੱਤੀ ਹੋਈ ਹੈ ਤਾਂ ਐਚ ਭਰ ਦਾਂਗੇ। ਤਾਂ ਹੁਣ ਆਹ ਬਣ ਗਿਆ, ਹੁਣ ਸਾਰੇ ਕਿਤੇ ਬਸ ਆਹ ਬਣਾਉਣਾ, ਕੀ ਬਣਾਉਣਾ ਗਾ, ਐਚ ਐਫ ਈ ਜੀ ਬਣਾਉਣਾ, ਠੀਕ ਆ ਜੀ। ਤਾਂ ਐਚ ਐਫ ਉਰੇ ਐਫ ਭਰ ਦਾਂਗੇ, ਐਚ ਐਫ ਈ ਉਰੇ ਜੀ ਆਜੂਗਾ, ਠੀਕ ਆ ਜੀ। ਤਾਂ ਇਸ ਤਰ੍ਹਾਂ ਕਰ ਲੈਣਾ, ਆਪਣਾ ਆਂਸਰ ਕੀ ਆਜੂਗਾ, ਪਹਿਲਾਂ ਕੀ ਸੀ ਬਲੈਂਕਸ ਆਪਣੀ ਐਫ ਸੀਗੀ, ਐਫ ਭਰਤੀ, ਫਿਰ ਆਪਣੀ ਬਲੈਂਕਸ ਐਚ ਸੀਗੀ, ਫਿਰ ਆਪਣੀ ਬਲੈਂਕਸ ਕੀ ਸੀ ਐਫ ਸੀ, ਫਿਰ ਆਪਣੀ ਬਲੈਂਕਸ ਕੀ ਭਰੀ ਸੀ ਆਪਾਂ, ਜੀ ਭਰੀ ਸੀ ਐਂਡ 'ਤੇ, ਠੀਕ ਆ ਜੀ। ਆਂਸਰ ਕੀ ਆਜੂ ਆਪਣਾ, ਐਫ ਐਚ ਐਫ ਜੀ, ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਂਸਰ ਆਜੂ, ਠੀਕ ਆ ਜੀ। ਸਾਰੇ ਆਣੇ ਨੋਟ ਕਰ ਲੈਣਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 22 ਦੇਖੋ, ਇਹ ਵੀ ਰਿਪੀਟਡ ਸੀਰੀਜ਼ ਤੋਂ ਪ੍ਰਸ਼ਨ ਹੈਗਾ। ਤਾਂ ਦੇਖੋ ਕੀ ਦਿੱਤਾ ਹੋਇਆ ਆਪਾਂ ਨੂੰ, ਏ ਸਪੇਸ ਬੀ ਸਪੇਸ ਸੀ ਏ ਸਪੇਸ ਬੀ ਸਪੇਸ ਸੀ ਸਪੇਸ ਏ ਸਪੇਸ ਸੀ ਸੀ, ਠੀਕ ਆ ਜੀ। ਤਾਂ ਇਹਦੇ ਵਿੱਚ ਵੀ ਲੈਟਰ ਗਿਣ ਲਓ, 1 2 3 4 5 6 7 8 9 10 11 12 13 14 15, ਠੀਕ ਆ ਜੀ। 15 ਲੈਟਰ ਨੇ, ਆਪਾਂ ਕੀ ਕਰਾਂਗੇ, 5 5 ਦੇ 3 ਪੇਅਰ ਬਣਾ ਲਾਂਗੇ। 1 2 3 4 5 ਇੱਕ ਬਣ ਗਿਆ, 1 2 3 4 5 ਠੀਕ ਆ ਜੀ, ਆਹ ਇੱਕ ਬਣ ਗਿਆ, 1 2 3 4 5 ਆਹ ਇੱਕ ਬਣ ਗਿਆ, ਠੀਕ ਆ ਜੀ। ਤਾਂ ਦੇਖੋ ਇਹਨਾਂ ਦੋਨਾਂ ਵਿੱਚ ਤਾਂ ਕੋਈ ਵੀ ਰਿਲੇਸ਼ਨ ਲੱਗਦਾ ਨਹੀਂ, ਠੀਕ ਆ ਜੀ, ਸੇਮ ਹੀ ਨੇਗੇ। ਤਾਂ ਇਹਦੇ ਵਿੱਚ ਦੇਖੋ ਤੀਜੇ ਵਿੱਚ ਕੀ ਹੈਗਾ, ਸਪੇਸ ਏ ਸਪੇਸ ਸੀ ਸੀ, ਠੀਕ ਆ ਜੀ। ਤਾਂ ਸੀ ਮੂਹਰੇ ਸੀ ਹੈਗੀ ਤਾਂ ਫਿਰ ਸੀ ਭਰ ਦਾਂਗੇ। ਤਾਂ ਇਹਦੇ ਵਿੱਚ ਦੇਖੋ ਬੀ ਸੈਂਟਰ ਵਿੱਚ ਦਿੱਤੀ ਹੋਈ ਆ, ਇਹਦੇ ਵਿੱਚ ਬੀ ਬਲੈਂਕਸ, ਠੀਕ ਆ ਜੀ। ਇੱਥੇ ਫਿਰ ਆਪਾਂ ਬੀ ਭਰ ਦਾਂਗੇ, ਤਾਂ ਏ ਦੇ ਮੂਹਰੇ ਇਹਦੇ ਵਿੱਚ ਕੀ ਦਿੱਤਾ ਹੋਇਆ, ਏ ਦਿੱਤੀ ਹੋਈ ਆ, ਤਾਂ ਇਹਦੇ ਵਿੱਚ ਵੀ ਫਿਰ ਆਪਾਂ ਏ ਭਰ ਦਾਂਗੇ। ਤਾਂ ਆਪਣਾ ਕੀ ਬਣ ਗਿਆ, ਏ ਏ ਪੀ ਸੀ ਸੀ, ਆਪਾਂ ਤਿੰਨਾਂ ਵਿੱਚ ਕੀ ਕਰ ਸੇਮ ਕਰਾਂਗੇ, ਠੀਕ ਆ ਜੀ। ਏ ਏ ਅਤੇ ਇੱਥੇ ਵੀ ਆਪਾਂ ਇਸ ਤਰ੍ਹਾਂ ਕਰਾਂਗੇ, ਏ ਏ ਬੀ, ਉਸ ਤੋਂ ਬਾਅਦ ਕੀ ਸੀਗਾ, ਸੀ, ਠੀਕ ਆ ਜੀ। ਸਾਰੇ ਕਿਤੇ ਸੇਮ ਹੋ ਗਿਆ। ਤਾਂ ਆਪਾਂ ਬਲੈਂਕਸਾਂ ਕਿਹੜੀ ਕਿਹੜੀ ਭਰੀਆਂ ਨੇਗੀਆਂ, ਆਪਾਂ ਬਲੈਂਕਸਾਂ ਭਰੀਆਂ ਨੇਗੀਆਂ, ਪਹਿਲਾਂ ਏ ਭਰੀ ਆ, ਫਿਰ ਇੱਥੇ ਫਿਰ ਭਰੀ ਆਪਾਂ ਸੀ ਭਰੀ ਆ, ਠੀਕ ਆ ਜੀ। ਫਿਰ ਆਪਾਂ ਫਿਰ ਇੱਥੇ ਏ ਭਰੀ ਆ, ਫਿਰ ਆਪਾਂ ਕੀ ਭਰੀ ਆ, ਸੀ ਭਰੀ ਆ, ਫਿਰ ਆਪਾਂ ਕੀ ਭਰੀ ਹੈਗੀ, ਏ ਬੀ ਭਰੀ ਆ, ਠੀਕ ਆ ਜੀ। ਆਪਣਾ ਆਂਸਰ ਕੀ ਬਣ ਗਿਆ, ਏ ਸੀ ਏ ਸੀ ਏ ਬੀ, ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਂਸਰ ਆ, ਠੀਕ ਆ ਜੀ। ਸਾਰੇ ਆਣੇ ਨੋਟ ਕਰ ਲੈਣਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 23 ਦੇਖੋ, ਇਹਦੇ ਵਿੱਚੋਂ ਗਲਤ ਦੇਖਣਾ ਵੀ ਗਲਤ ਟਰਮ ਕਿਹੜੀ ਹੈਗੀ। ਤਾਂ ਦੇਖੋ ਬੀ ਕਿਊ ਐੱਮ ਜੇ ਆਈ ਜੀ, ਠੀਕ ਆ ਜੀ, ਆਹ ਦਿੱਤਾ ਹੋਇਆ ਆਪਾਂ ਨੂੰ। ਤਾਂ ਆਪਾਂ ਕੀ ਕਰਾਂਗੇ, ਨੰਬਰ ਪਲੇਸਿੰਗ ਕਰਾਂਗੇ। ਬੀ ਹੁੰਦੀ ਆਪਣੀ 22 ਨੰਬਰ 'ਤੇ, ਕਿਊ 17 'ਤੇ, ਐੱਮ ਹੁੰਦੀ ਹੈ 13 'ਤੇ, ਜੇ ਹੁੰਦੀ ਹੈ 10 'ਤੇ, ਆਈ ਹੁੰਦੀ ਹੈ 9 'ਤੇ, ਜੀ ਹੁੰਦੀ ਹੈ ਆਪਣੀ 7 ਨੰਬਰ 'ਤੇ, ਠੀਕ ਆ ਜੀ। ਤਾਂ ਘੱਟ ਦੇ ਕਰਮ ਵਿੱਚ ਆਪਾਂ ਕੀ ਦੇਖਾਂਗੇ, ਡਿਫਰੈਂਸ ਦੇਖਾਂਗੇ। 22 ਤੋਂ 17 ਦਾ ਕਿੰਨੇ ਦਾ ਆ ਗਿਆ, ਇਹ ਆ ਗਿਆ ਆਪਣਾ 5 ਦਾ ਡਿਫਰੈਂਸ। 17 ਤੋਂ 13 ਦਾ 4 ਦਾ ਆ ਗਿਆ, 13 ਤੋਂ 10 ਦਾ ਕਿੰਨੇ ਦਾ ਅੰਤਰ ਆ ਗਿਆ, 3 ਦਾ ਅੰਤਰ ਆ ਗਿਆ, ਅਤੇ 10 ਤੋਂ 9 ਦਾ 1 ਦਾ। ਉਰੇ ਆਪਣਾ ਆਈ ਗਲਤ ਹੋ ਜੂਗਾ, ਠੀਕ ਆ ਜੀ, ਕਿਉਂਕਿ ਉਰੇ ਆਪਣਾ ਐੱਚ ਆਉਣਾ ਸੀਗਾ, ਉਰੇ ਆਪਣਾ ਐੱਚ ਆਉਣਾ ਸੀਗਾ, ਉਰੇ ਆਪਣਾ 2 ਦਾ ਅੰਤਰ ਆਉਣਾ ਚਾਹੀਦਾ ਸੀ, ਠੀਕ ਆ ਜੀ। ਐੱਚ 8 ਨੰਬਰ 'ਤੇ ਹੁੰਦੀ ਹੈਗੀ, ਜੇ ਐੱਚ ਹੁੰਦੀ ਫਿਰ ਹੀ ਆਪਣੇ ਜੀ ਨਾਲ 1 ਦਾ ਅੰਤਰ ਬਣਦਾ, ਠੀਕ ਆ ਜੀ, ਫਿਰ ਹੀ ਸਾਰੀ ਸੀਰੀਜ਼ ਬਣਦੀ। ਇਸ ਕਰਕੇ ਜਿਹੜਾ ਆਪਣਾ ਆਈ ਹੈਗਾ ਇਹ ਗਲਤ ਹੋ ਜੂਗਾ, ਉਰੇ ਐੱਚ ਆਉਣਾ ਸੀਗਾ, 2 ਦਾ ਅੰਤਰ ਆਉਣਾ ਸੀਗਾ, ਕਿਉਂਕਿ ਫਿਰ ਹੀ ਆਪਣਾ ਫਿਰ ਜੀ ਨਾਲ 1 ਦਾ ਅੰਤਰ ਬਣਦਾ, ਠੀਕ ਆ ਜੀ। ਤਾਂ ਉਸ ਨੰਬਰ ਆਪਣਾ ਸੀ ਬਿਲਕੁਲ ਰਾਈਟ ਆਂਸਰ ਆਜੂਗਾ, ਜਿਹੜੀ ਆਈ ਹੈਗੀ ਇਹ ਗਲਤ ਆ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 24 ਦੇਖੋ, ਹੇਠਾਂ ਦਿੱਤੇ ਗਏ ਸ਼ਬਦਾਂ ਤੋਂ ਤੁਸੀਂ ਨਿਮਨਲਿਖਤ ਵਿਕਲਪਾਂ ਵਿੱਚੋਂ ਕਿਹੜਾ ਇੱਕ ਵਿਕਲਪ ਨਹੀਂ ਬਣਾ ਸਕਦੇ। ਹਾਂਜੀ ਆਹ ਸ਼ਬਦ ਦਿੱਤਾ ਹੋਇਆ, ਇਹਦੀ ਵਰਤੋਂ ਕਰਕੇ ਕਹਿੰਦੇ ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਸ਼ਬਦ ਨਹੀਂ ਬਣਾ ਸਕਦੇ। ਤਾਂ ਦੇਖੋ ਰੇਸ ਟਰੈਕ ਦਿੱਤਾ ਹੋਇਆ ਆਪਾਂ ਨੂੰ, ਤਾਂ ਦੇਖੋ ਧਿਆਨ ਨਾਲ ਦੇਖੋ ਆਪਸ਼ਨਾਂ ਨੂੰ। ਤਾਂ ਦੇਖੋ ਜਿਹੜਾ ਆਹ ਦਿੱਤਾ ਹੋਇਆ ਰੀਨਾ, ਇਹਦੇ ਵਿੱਚ ਐੱਨ ਆ ਗਈ, ਰੇਸ ਟਰੈਕ ਵਿੱਚ ਕਿਤੇ ਵੀ ਐੱਨ ਨਹੀਂ ਹੈਗੀ। ਸੋ ਆਪਣਾ ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਂਸਰ ਆਜੂ, ਠੀਕ ਆ ਜੀ, ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 25 ਦੇਖੋ, ਕੀ ਦਿੱਤਾ ਹੋਇਆ ਆਪਾਂ ਨੂੰ, ਆਈ ਸੀ ਫਿਰ 6 ਡੀ ਪੀ ਤੋਂ ਕੀ ਹੋ ਸਕਦਾ ਗਾ, ਆਈ ਸੀ ਤੋਂ 6 ਡੀ ਪੀ ਤੋਂ ਕੀ ਹੋ ਸਕਦਾ ਗਾ। ਤਾਂ ਆਈ ਹੁੰਦੀ ਆਪਣੀ 9 ਨੰਬਰ 'ਤੇ, ਸੀ ਹੁੰਦੀ ਹੈ 3 ਨੰਬਰ 'ਤੇ, ਠੀਕ ਆ ਜੀ। ਤਾਂ ਕਿੰਨਾ 6 ਬਣ ਗਿਆ, ਕਿਵੇਂ ਬਣਿਆ, 12 ਬਣ ਗਿਆ। ਜੇ ਆਪਾਂ ਪਲੱਸ ਕਰ ਦਈਏ ਅੱਧ ਕਿੰਨਾ ਹੁੰਦਾ, 12 ਦਾ 6 ਹੁੰਦਾ, ਠੀਕ ਆ ਜੀ। ਤਾਂ ਡੀ ਹੁੰਦੀ ਹੈ 4 ਨੰਬਰ 'ਤੇ, ਪੀ ਆਪਣੀ ਹੁੰਦੀ ਹੈਗੀ 16 ਨੰਬਰ 'ਤੇ, ਕਿੰਨਾ ਬਣ ਗਿਆ, 20 ਬਣ ਗਿਆ। 20 ਦਾ ਅੱਧ ਕਿੰਨਾ ਹੁੰਦਾ ਗਾ, 10 ਹੁੰਦਾ, ਠੀਕ ਆ ਜੀ। ਸੋ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਂਸਰ ਆ, ਠੀਕ ਆ ਜੀ। ਕੁਛ ਨਹੀਂ ਕੀਤਾ ਹੋਇਆ ਗਾ, ਨੰਬਰ ਪਲੇਸ ਕਰਕੇ ਉਹਦਾ ਅੱਧ ਕੀਤਾ ਹੋਇਆ 6 ਬਣ ਗਿਆ, ਉਸ ਤਰ੍ਹਾਂ ਹੀ ਆਪਾਂ ਇੱਧਰ ਕੀਤਾ ਗਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਹੁਣ ਆ ਗਏ ਪ੍ਰਸ਼ਨ ਆਪਣੇ ਬਲੱਡ ਰਿਲੇਸ਼ਨ ਵਾਲੇ। ਹਾਂਜੀ ਪ੍ਰਸ਼ਨ ਨੰਬਰ 26 ਦੇਖੋ, ਰਘੂ ਅਤੇ ਬਾਬੂ ਜੁੜਵਾ ਹਨ, ਬਾਬੂ ਦੀ ਭੈਣ ਰੀਮਾ ਹੈ, ਰੀਮਾ ਦਾ ਪਤੀ ਰਾਜਨ ਹੈ, ਰਘੂ ਦੀ ਮਾਂ ਲਕਸ਼ਮੀ ਹੈ, ਲਕਸ਼ਮੀ ਦੇ ਪਤੀ ਰਜੇਸ਼ ਦਾ ਰਾਜੇ ਨਾਲ ਕੀ ਰਿਸ਼ਤਾ ਹੈ। ਹਾਂਜੀ ਇਸ ਤਰ੍ਹਾਂ ਦੇ ਪ੍ਰਸ਼ਨਾਂ ਨੂੰ ਕਦੇ ਵੀ ਬੋਲ ਕੇ ਨਹੀਂ ਹੱਲ ਕਰਨਾ, ਇਸ ਤਰ੍ਹਾਂ ਦੇ ਪ੍ਰਸ਼ਨਾਂ ਨੂੰ ਹਮੇਸ਼ਾ ਪੈਨ ਅਤੇ ਕਾਗਜ਼ ਨਾਲ ਹੱਲ ਕਰਨਾ ਗਾ। ਤਾਂ ਦੇਖੋ ਰਘੂ ਅਤੇ ਬਾਬੂ ਜੁੜਵਾ ਹਨ, ਤਾਂ ਦੋਨੇ ਭਾਈ ਭਾਈ ਨੇ, ਰਘੂ ਅਤੇ ਬਾਬੂ ਜੁੜਵਾ ਨੇ, ਦੋਨਾਂ ਨੂੰ ਬਰਾਬਰ ਲਿਖ ਦਿੰਦੇ ਹੈਗੇ। ਬਾਬੂ ਦੀ ਭੈਣ ਰੀਮਾ, ਠੀਕ ਆ ਜੀ, ਇਹਨਾਂ ਦੀ ਇੱਕ ਭੈਣ ਆ ਗਈ, ਉਹਨੂੰ ਵੀ ਬਰਾਬਰ ਲਿਖ ਦਿੰਦੇ ਹੈਗੇ, ਕੀ ਆ ਗਈ, ਰੀਮਾ, ਠੀਕ ਆ ਜੀ, ਆਰ ਈ ਲਿਖਤਾ। ਤਾਂ ਰੀਮਾ ਦਾ ਪਤੀ ਰਾਜਨ ਹੈਗਾ, ਪਤੀ ਲਈ ਕੀ ਕਰਾਂਗੇ ਆਪਾਂ, ਪਲੱਸ ਦਾ ਸਿਗਨਲ ਸਾਈਨ ਲਗਾਵਾਂਗੇ, ਠੀਕ ਆ ਜੀ, ਕੀ ਆ, ਪਤੀ ਰਾਜਨ ਆ, ਠੀਕ ਆ ਜੀ, ਕੀ ਨਾਮ ਹੈਗਾ, ਰਾਜਨ ਹੈਗਾ। ਰਘੂ ਦੀ ਮਾਂ ਲਕਸ਼ਮੀ ਹੈਗੀ, ਰਘੂ ਦੀ ਮਾਂ ਕੌਣ ਹੈਗੀ, ਲਕਸ਼ਮੀ ਹੈਗੀ। ਤਾਂ ਮਾਤਾ ਨੂੰ ਆਪਾਂ ਲਿਖਾਂਗੇ ਉੱਪਰ, ਠੀਕ ਆ ਜੀ, ਔਰ ਮੈਂ ਪੰਜਾਬੀ 'ਚ ਲਿਖ ਦੇਣਾ ਮਾਂ ਲਿਖ ਦੇਣਾ, ਠੀਕ ਆ ਜੀ। ਲਕਸ਼ਮੀ ਦੇ ਪਤੀ ਰਜੇਸ਼ ਦਾ ਰਾਜਨ ਨਾਲ ਕੀ ਰਿਸ਼ਤਾ ਹੈ। ਹਾਂਜੀ ਲਕਸ਼ਮੀ ਦਾ ਇੱਕ ਪਤੀ ਆ, ਪਲੱਸ ਲਿਖ ਦੇਣਾ ਮੇਰੇ,
ਕਪਲ ਲਈ ਆਪਾਂ ਕੀ ਲਗਾਵਾਂਗੇ ਪਲੱਸ ਲਗਾਵਾਂਗੇ, ਲਕਸ਼ਮੀ ਦੇ ਪਤੀ ਦਾ ਨਾਮ ਕੀ ਹੈਗਾ ਰਜੇਸ਼ ਆ, ਠੀਕ ਆ ਜੀ, ਤਾਂ ਮੇਰੇ ਆਰ ਏ ਲਿਖ ਦੇਣਾ, ਠੀਕ ਆ ਜੀ, ਰਜੇਸ਼ ਦਾ ਰਾਜੇ ਨਾਲ ਰਿਸ਼ਤਾ ਪੁੱਛਦੇ ਆਗੇ। ਤਾਂ ਦੇਖੋ ਰਘੂ ਦੀ ਮਾਂ ਕੌਣ ਆ ਜੀ, ਲਕਸ਼ਮੀ ਆ, ਠੀਕ ਆ ਜੀ, ਤਾਂ ਪਤੀ ਕੌਣ ਆਉਂਦਾ ਰਜੇਸ਼ ਹੈਗਾ, ਤਾਂ ਰਘੂ ਦੀ ਮਾਂ ਹੋਈ ਤਾਂ ਤਿੰਨਾਂ ਦੀ ਕੀ ਹੋ ਗਈ ਮਾਂ ਹੋ ਗਈ, ਆਹ ਤਿੰਨਾਂ ਦਾ ਪਿਆ ਹੋ ਗਿਆ, ਠੀਕ ਆ ਜੀ ਰਜੇਸ਼, ਜੋ ਤਿੰਨਾਂ ਦਾ ਪਿਆ ਹੋ ਗਿਆ ਤਾਂ ਰੀਮਾ ਦਾ ਵੀ ਪਿਆ ਹੋਗਾ, ਠੀਕ ਆ ਜੀ, ਤਾਂ ਰੀਮਾ ਦੇ ਘਰ ਵਾਲੇ ਦਾ ਕੀ ਲੱਗਿਆ ਰਜੇਸ਼, ਸਹੁਰਾ ਹੀ ਲੱਗਿਆ, ਸਹੁਰਾ ਹੀ ਲੱਗਿਆ, ਠੀਕ ਆ ਜੀ। ਆਪਦੇ ਘਰ ਵਾਲੀ ਦਾ ਪਿਓ ਕੀ ਲੱਗਦਾ ਹੁੰਦਾ ਗਾ, ਸੋਰੀ ਲੱਗਦਾ ਹੁੰਦਾ ਗਾ, ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਂਸਰ ਆ ਜੂ, ਠੀਕ ਆ ਜੀ, ਸਾਰਿਆਂ ਨੇ ਨੋਟ ਕਰ ਲੈਣਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਹਾਂਜੀ ਪ੍ਰਸ਼ਨ ਨੰਬਰ 27 ਦੇਖੋ, ਸੁਨੀਲ ਕੇਸ਼ਵ ਦਾ ਮੁੰਡਾ ਹੈ ਤਾਂ ਮੇਰੇ ਐੱਸ ਲਿਖ ਦੇਣਾ, ਕਿਹਦਾ ਮੁੰਡਾ ਗਾ ਕੇਸ਼ਵ ਦਾ, ਤਾਂ ਮੈਂ ਕੇਸ਼ਵ ਨੂੰ ਉੱਪਰ ਲਿਖ ਦੇਣਾ, ਠੀਕ ਆ ਜੀ। ਸਿਮਰਨ ਕੇਸ਼ਵ ਦੀ ਭੈਣ ਆ ਗਈ, ਸਿਮਰਨ ਕੌਣ ਆ ਗਈ, ਕੇਸ਼ਵ ਦੀ ਭੈਣ ਆ ਗਈ, ਤਾਂ ਮੈਂ ਉਹਨੂੰ ਬਰਾਬਰ ਲਿਖ ਦੇਣਾ ਐੱਸ ਆਈ ਲਿਖ ਦੇਣਾ, ਉਸਦਾ ਇੱਕ ਪੁੱਤਰ ਸੂਰਜਾ, ਸਿਮਰਨ ਦਾ ਇੱਕ ਪੁੱਤਰ ਕੀ ਹੈਗਾ ਸੂਰਜਾ, ਤਾਂ ਮੇਰੇ ਨੀਚੇ ਕੀ ਲਿਖ ਦੇਣਾ ਗਾ ਸੂਰਜ ਲਿਖ ਦੇਣਾ, ਠੀਕ ਆ ਜੀ। ਅਤੇ ਇੱਕ ਕੁੜੀ ਸੀਤਾ ਗਈ, ਸਿਮਰਨ ਦੀ ਇੱਕ ਕੁੜੀ ਕੌਣ ਆ ਗਈ ਸੀਤਾ, ਠੀਕ ਆ ਜੀ, ਤਾਂ ਮੈਂ ਸੀਤਾ ਲਿਖ ਦੇਣਾ ਨੀਚੇ, ਠੀਕ ਆ ਜੀ। ਸੂਰਜ ਦਾ ਮਾਮਾ ਪ੍ਰੇਮ ਆ, ਸੂਰਜ ਜਿਹੜਾ ਉਹਦਾ ਮਾਮਾ ਕੌਣ ਆ, ਪ੍ਰੇਮ ਆ, ਮਾਮਾ ਕੌਣ ਹੁੰਦਾ ਗਾ ਮਾਂ ਦਾ ਭਰਾ, ਠੀਕ ਆ ਜੀ, ਤਾਂ ਮਾਂ ਕੌਣ ਆ ਸੂਰਜ ਦੀ, ਸਿਮਰਨ ਆ ਗਈ, ਉਹਦਾ ਭਰਾ ਕੀ ਹੋਗਾ ਮਾਮਾ ਹੋ ਗਿਆ, ਠੀਕ ਆ, ਕਿਹਦਾ ਸੂਰਜ ਦਾ ਹੋ ਗਿਆ, ਠੀਕ ਆ ਜੀ, ਤਾਂ ਮੇਰੇ ਪੀਰ ਲਿਖ ਦੇਣਾ, ਠੀਕ ਆ ਜੀ, ਬਰਾਬਰ ਲਿਖ ਦੇਣਾ ਸਿਮਰਨ ਦੇ। ਅਤੇ ਸੁਨੀਲ ਦਾ ਸੂਰਜ ਨਾਲ ਕੀ ਰਿਸ਼ਤਾ, ਤਾਂ ਵੀ ਹੁਣ ਆਹ ਸੁਨੀਲ ਤਾਂ ਪੁੱਛਦੇ ਆਗੇ ਸੂਰਜ ਨਾਲ ਕੀ ਰਿਸ਼ਤਾ ਗਾ, ਤਾਂ ਦੇਖੋ ਸਿਮਰਨ ਭੈਣ ਆ ਗਈ ਕਿਹਦੀ, ਕੇਸ਼ਵ ਦੀ, ਠੀਕ ਆ ਜੀ, ਤਾਂ ਫਿਰ ਕੇਸ਼ਵ ਕੀ ਲੱਗਿਆ ਸੂਰਜ ਦਾ ਮਾਮਾ ਲੱਗਿਆ, ਤਾਂ ਸੁਨੀਲ ਕੀ ਲੱਗਿਆ ਫਿਰ ਮਾਮੇ ਦਾ ਮੁੰਡਾ ਹੀ ਲੱਗਿਆ, ਸੋ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਂਸਰ ਆ, ਠੀਕ ਆ ਜੀ, ਕਿਉਂਕਿ ਸਿਮਰਨ ਕੇਸ਼ਵ ਦੀ ਭੈਣ ਆ ਗਈ, ਤਾਂ ਫਿਰ ਕੀ ਲੱਗਿਆ ਮਾਮਾ ਲੱਗਿਆ ਸੂਰਜ ਦਾ, ਠੀਕ ਆ ਜੀ, ਕੇਸ਼ਵ, ਤਾਂ ਫਿਰ ਉਹਦਾ ਮੁੰਡਾ ਕੀ ਲੱਗਿਆ ਮਾਮੇ ਦਾ ਮੁੰਡਾ, ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਂਸਰ ਆ ਜੂ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਹਾਂਜੀ ਪ੍ਰਸ਼ਨ ਨੰਬਰ 28 ਦੇਖੋ, ਇੱਕ ਵਿਅਕਤੀ ਨੇ ਇੱਕ ਔਰਤ ਨੂੰ ਕਿਹਾ, ਤਾਂ ਦੇਖੋ ਇੱਕ ਵਿਅਕਤੀ ਨੇ ਇੱਕ ਔਰਤ ਨੂੰ ਕਿਹਾ, ਤਾਂ ਮੈਂ ਉਹਦਾ ਡਬਲਯੂ ਲਿਖ ਦੇਣਾ ਔਰਤ, ਠੀਕ ਆ ਜੀ, ਵੂਮਨ, ਤਾਂ ਔਰਤ ਨੂੰ ਕਿਹਾ ਕਿ ਤੇਰੇ ਭਾਈ ਦਾ, ਤਾਂ ਭਾਈ ਲਈ ਆਪਾਂ ਬਰਾਬਰ ਲਿਖਦੇ ਹੁੰਦੇ ਹਾਂ ਬੀ ਲਿਖਦਾ, ਠੀਕ ਹੈ ਜੀ, ਬ੍ਰਦਰ, ਤੇਰੇ ਭਾਈ ਦਾ ਇਕਲੌਤਾ ਮੁੰਡਾ, ਤਾਂ ਗਾਹਾਂ ਉਹਦਾ ਮੁੰਡਾ ਗਾ ਸਨ ਲਿਖ ਦੇਣਾ ਮੇਰੇ, ਠੀਕ ਆ ਜੀ, ਇਕਲੌਤਾ ਮੁੰਡਾ ਮੇਰੀ ਪਤਨੀ ਦਾ ਭਾਈ ਹੈ, ਉਹਦੀ ਇੱਕ ਭੈਣ ਆ ਗਈ, ਜਿਹੜੀ ਕਿ ਪਤਨੀ ਹੈ ਕਿਹਦੀ, ਜਿਹੜਾ ਆਦਮੀ ਗੱਲ ਕਰ ਰਿਹਾ, ਠੀਕ ਆ ਜੀ, ਕਿਹਦੀ ਪਤਨੀ ਹੈ, ਜਿਹੜਾ ਆਦਮੀ ਗੱਲ ਕਰ ਰਿਹਾ ਮੇਰੀ ਪਤਨੀ ਦਾ ਭਾਈ ਹੈ, ਤਾਂ ਉਸ ਮਹਿਲਾ ਦਾ ਉਸ ਵਿਅਕਤੀ ਦੀ ਪਤਨੀ ਨਾਲ ਕੀ ਰਿਸ਼ਤਾ, ਤਾਂ ਵੀ ਦੇਖੋ ਆਹ ਮਹਿਲਾ ਤਾਂ ਪੁੱਛਦੇ ਆਗੇ ਵਾਈਫ ਨਾਲ, ਇਹਦੀ ਵਾਈਫ ਨਾਲ ਕੀ ਰਿਸ਼ਤਾ, ਠੀਕ ਆ ਜੀ। ਤਾਂ ਦੇਖੋ ਆਹ ਮਹਿਲਾ ਜਿਹੜੀ, ਇਹਦਾ ਭਾਈ ਹੈਗਾ, ਇਹਦਾ ਕੀ ਮੁੰਡਾ ਗਾ, ਇਹਦੀ ਇੱਕ ਭੈਣ ਆ, ਠੀਕ ਆ ਜੀ, ਜੋ ਕਿ ਪਤਨੀ ਹੈ ਇਸ ਆਦਮੀ ਦੀ, ਠੀਕ ਆ ਜੀ। ਤਾਂ ਜਦੋਂ ਇਹ ਦੋਨੇ ਭੈਣ ਭਰਾ ਨੇ ਗਏ, ਤਾਂ ਇਹਨਾਂ ਦਾ ਇੱਕ ਪਿਤਾ ਗਾ, ਠੀਕ ਆ ਜੀ, ਇਹਦੀ ਇੱਕ ਭੈਣ ਹੈਗੀ, ਤਾਂ ਕੀ ਲੱਗੀ, ਭੂਆ ਹੀ ਲੱਗੀ, ਠੀਕ ਆ ਜੀ। ਪਿਤਾ ਦੀ ਭੈਣ ਕੀ ਲੱਗਦੀ ਹੁੰਦੀ ਹੈ, ਭੂਆ ਹੀ ਲੱਗਦੀ ਹੁੰਦੀ ਆ, ਤਾਂ ਦੋਨੇ ਭੈਣ ਭਰਾਈ ਨੇ, ਠੀਕ ਆ ਜੀ, ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਂਸਰ ਆ ਜੂਗਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਹਾਂਜੀ ਪ੍ਰਸ਼ਨ ਨੰਬਰ 29 ਦੇਖੋ, ਇੱਕ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਔਰਤ ਕਹਿੰਦੀ ਹੈ, ਉਹ ਆਦਮੀ ਮੇਰੇ ਪਤੀ ਦੇ ਪਿਤਾ ਦੀ ਪਤਨੀ ਦਾ ਇਕਲੌਤਾ ਪੁੱਤਰ ਹੈ, ਆਦਮੀ ਦਾ ਔਰਤ ਨਾਲ ਕੀ ਰਿਸ਼ਤਾ। ਹਾਂਜੀ ਇਹ ਤਾਂ ਕੱਢ ਕੇ ਦੇਖਣ ਦੀ ਲੋੜ ਨਹੀਂ, ਇੱਕ ਔਰਤ ਕਹਿੰਦੀ ਆ ਉਹ ਆਦਮੀ ਮੇਰੇ ਪਤੀ ਦੇ, ਉਹਦਾ ਪਤੀ ਗਾਹਾਂ ਉਹਦੇ ਪਤੀ ਦਾ ਪਿਤਾ, ਉਹਦੀ ਪਤਨੀ ਯਾਨੀ ਕਿ ਉਹਦੇ ਪਤੀ ਦੀ ਮਾਂ, ਠੀਕ ਆ ਜੀ, ਦਾ ਇਕਲੌਤਾ ਪੁੱਤਰ ਹੈ ਆਦਮੀ ਦਾ ਔਰਤ ਨਾਲ, ਤਾਂ ਹਸਬੈਂਡ ਹੀ ਲੱਗਿਆ, ਠੀਕ ਆ ਜੀ, ਕੀ ਲੱਗਿਆ, ਪਤੀ ਲੱਗਿਆ, ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਂਸਰ ਆ ਜੂਗਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਹਾਂਜੀ ਹੁਣ ਦੇਖੋ ਇਹ ਆ ਗਿਆ ਆਪਣਾ ਡਾਇਰੈਕਸ਼ਨ, ਠੀਕ ਆ ਜੀ, ਇੱਥੋਂ ਵੀ ਇੱਕ ਜਾਂ ਦੋ ਪ੍ਰਸ਼ਨ ਦੇਖਣ ਨੂੰ ਮਿਲ ਜਾਂਦੇ ਹੈਗੇ। ਹਾਂਜੀ ਪ੍ਰਸ਼ਨ ਨੰਬਰ 30 ਦੇਖੋ, ਜੇਕਰ 9 ਵਜੇ ਘੰਟੇ ਦੀ ਸੂਈ ਦੱਖਣ ਪੱਛਮ ਦੇ ਵੱਲ ਹੈ, ਮਿੰਟ ਦੀ ਸੂਈ ਕਿਸ ਦਿਸ਼ਾ ਵਿੱਚ ਹੋਵੇਗੀ। ਤਾਂ ਦੇਖੋ ਜੀ ਆਪਣਾ ਕਲੋਕ ਹੈਗਾ, ਤਾਂ 9 ਕਦੋਂ ਵੱਜਦੇ ਹੁੰਦੇ ਆ, ਜਦੋਂ ਆਪਣੀ 90 ਡਿਗਰੀ ਦਾ ਕੋਣ ਬਣਾਉਂਦੀ ਹੁੰਦੀ ਹੈ ਮਿੰਟ ਦੀ ਸੂਈ, ਠੀਕ ਆ ਜੀ, 90 ਡਿਗਰੀ ਦਾ ਕੋਣ ਬਣਾਉਂਦੀ ਹੁੰਦੀ ਹੈਗੀ। ਤਾਂ ਦੇਖੋ ਕੀ ਕਹਿੰਦੇ ਆ ਕਿ 9 ਵਜੇ ਘੰਟੇ ਦੀ ਸੂਈ ਦੱਖਣ ਪੱਛਮ, ਦੱਖਣ ਪੱਛਮ ਕਿੱਧਰ ਹੁੰਦਾ ਗਾ, ਇੱਧਰ ਹੁੰਦਾ, ਠੀਕ ਆ ਜੀ। ਇਹਨਾਂ ਨੇ ਐਂ ਨਹੀਂ ਕਿਹਾ ਵੀ 9 ਵਜ ਰਹੇ ਆ ਗਏ, ਤਾਂ 9 ਵਜੇ ਮਤਲਬ ਜਿੰਨੇ ਦਾ ਆਹ ਕੋਣ ਬਣ ਰਿਹਾ ਹੈਗਾ, ਠੀਕ ਆ ਜੀ, ਉਹਨੇ ਹੀ ਇੱਥੇ ਬਣੂਗਾ, ਠੀਕ ਆ ਜੀ। ਹੁਣ ਜੇ ਆਹ ਸੂਈ ਮਿੰਟ ਵਾਲੀ ਸੂਈ ਇੱਥੇ ਆ ਗਈ ਦੱਖਣ ਪੱਛਮ ਦੇ ਵੱਲ ਆ ਗਈ, ਤਾਂ ਆਹ ਸੂਈ ਤਾਂ ਫਿਰ ਇੱਥੇ ਰਹੂਗੀ, ਠੀਕ ਆ ਜੀ, ਕਿੱਥੇ ਰਹੂਗੀ, ਉੱਤਰ ਪੱਛਮ ਦੇ ਵੱਲ ਹੀ ਰਹੂਗੀ, ਜੇ ਇਸ ਤਰ੍ਹਾਂ ਕੋਣ ਬਣੂਗਾ, ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜੂ, ਠੀਕ ਆ ਜੀ, ਸਾਰੇ ਜਣੇ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਹਾਂਜੀ ਪ੍ਰਸ਼ਨ ਨੰਬਰ 31 ਦੇਖੋ, ਰਾਮ ਨੇ ਉੱਤਰ ਵੱਲ ਚੱਲਣਾ ਸ਼ੁਰੂ ਕੀਤਾ ਅਤੇ 5 ਕਿਲੋਮੀਟਰ ਚੱਲਿਆ, ਫਿਰ ਉਹ ਸੱਜੇ ਮੁੜਿਆ ਅਤੇ 3 ਕਿਲੋਮੀਟਰ ਚੱਲਿਆ, ਫਿਰ ਉਹ ਸੱਜੇ ਮੁੜਿਆ ਅਤੇ 5 ਕਿਲੋਮੀਟਰ ਚੱਲਿਆ, ਅਤੇ ਅੰਤ ਉਹ ਖੱਬੇ ਮੁੜਿਆ ਅਤੇ 2 ਕਿਲੋਮੀਟਰ ਤੱਕ ਚੱਲਿਆ, ਅਤੇ ਆਪਣੇ ਸ਼ੁਰੂਆਤੀ ਬਿੰਦੂ ਤੋਂ ਰਾਮ ਦੀ ਵਰਤਮਾਨ ਦਿਸ਼ਾ ਕੀ ਆ। ਤਾਂ ਦੇਖੋ ਜੀ ਰਾਮ ਨੇ ਉੱਤਰ ਵੱਲ ਚੱਲਣਾ ਸ਼ੁਰੂ ਕੀਤਾ, ਉੱਤਰ ਕਿੱਧਰ ਹੁੰਦੀ ਹੈਗੀ, ਉੱਪਰ ਵੱਲ ਹੁੰਦੀ ਹੈਗੀ, 5 ਕਿਲੋਮੀਟਰ ਚੱਲਿਆ, ਠੀਕ ਆ ਜੀ, 5 ਕਿਲੋਮੀਟਰ ਚੱਲਿਆ, ਫਿਰ ਉਹ ਸੱਜੇ ਮੁੜਿਆ, ਸੱਜਾ ਕਿੱਧਰ ਨੂੰ ਹੁੰਦਾ ਗਾ, ਉੱਪਰ ਨੂੰ ਚੱਲਿਆ ਗਾ, ਤਾਂ ਸੱਜਾ ਇੱਧਰ ਨੂੰ ਹੀ ਹੋ ਗਿਆ, 3 ਕਿਲੋਮੀਟਰ ਚੱਲਿਆ, ਠੀਕ ਆ ਜੀ, 3 ਕਿਲੋਮੀਟਰ ਤੱਕ ਚੱਲਿਆ, ਫਿਰ ਸੱਜੇ ਮੁੜਿਆ, ਸੱਜਾ ਕਿੱਧਰ ਨੂੰ ਹੋ ਗਿਆ, ਥੱਲੇ ਨੂੰ ਹੋ ਗਿਆ, ਠੀਕ ਆ ਜੀ, ਫਿਰ 5 ਕਿਲੋਮੀਟਰ ਤੱਕ ਚੱਲਿਆ, ਠੀਕ ਆ ਜੀ, ਬਰਾਬਰ ਆ ਗਿਆ, 5 ਕਿਲੋਮੀਟਰ ਤੱਕ ਚੱਲਿਆ, ਅੰਤੋਂ ਖੱਬੇ ਮੁੜਿਆ, ਖੱਬਾ ਕਿੱਧਰ ਨੂੰ ਹੋ ਗਿਆ, ਖੱਬਾ ਉਹਦਾ ਇੱਧਰ ਨੂੰ ਹੋ ਗਿਆ, ਠੀਕ ਆ ਜੀ, ਖੱਬਾ ਇੱਧਰ ਨੂੰ ਹੋ ਗਿਆ, ਖੱਬੇ ਮੁੜ ਕੇ ਕਿੰਨਾ ਕਿਲੋਮੀਟਰ ਚੱਲਿਆ, 2 ਕਿਲੋਮੀਟਰ ਤੱਕ ਚੱਲਿਆ, ਤਾਂ 2 ਕਿਲੋਮੀਟਰ ਚੱਲਿਆ, ਠੀਕ ਆ ਜੀ, ਆਪਣੇ ਸ਼ੁਰੂਆਤੀ ਬਿੰਦੂ ਤੋਂ ਆਰਾਮ ਦੀ ਦਿਸ਼ਾ ਕੀ ਆ ਗਈ। ਤਾਂ ਦੇਖੋ ਜੀ ਉਰੋ ਚੱਲਿਆ ਸੀਗਾ, ਇੱਧਰ ਕਿਹੜੀ ਦਿਸ਼ਾ
तो देखो उत्तर किधर होंगी हैगी, उपर होंगी हैगी, तो 8 किलोमीटर चलिया उपर आप 8 किलोमीटर लै जाने, ठीक है जी। फिर 6 किलोमीटर खब्बे मुड़ के चलता, तो देखो खब्बा किधर होगा, तुम अपने आप को रख के देख लिया करो भी तुम चल रहे हो, ठीक है जी। तो खब्बा इधर हो गया, उपर मूँह हैगा, तो खब्बा इधर हो जूगा, खब्बे मुड़ के किन्ने किलोमीटर चलता गा, 6 किलोमीटर चलता गा, तो 6 चलिया, ठीक है जी। फिर खब्बे मुड़ के 3 किलोमीटर चलता है, फिर खब्बा किधर हो गया, इधर चल रहा है, तो खब्बा नीचे हो गया, ठीक है जी। तो नीचे मुड़ के किन्ने किलोमीटर चलता गा, 3 किलोमीटर चलता, ठीक है जी, इतने का आ गया, ठीक है जी। और वो अपने शुरुआती बिंदु तो किस दिशा वाल है, तो देखो जी इतने आ गया, पहले कितने सेगा उरे सेगा, तो इधर कि दिशा होंगी हैगी, इधर अपनी होंगी हैगी उत्तर पछम, कि होंगी हैगी उत्तर पछम होंगी, ठीक है जी। उत्तर पछम बिल्कुल राइट आंसर आ गया, ऑप्शन नंबर सी बिल्कुल राइट आंसर आजूगा, इतने सेगा इधर हो गई दिशा, ठीक है जी। कि होंगी इधर उत्तर पछमी होंगी हैगी, सारिया ने नोट कर लो। चलो जी अगला प्रश्न देखो, हाँ जी हूँ आ गया अपने स्टेटमेंट एंड कंकलूजन आ गया, हाँ जी प्रश्न नंबर 33 देखो, पहला स्टेटमेंट देखो, सारे पढ़े लिखे लोग अखबार पढ़ते हैं, राहुल अखबार नहीं पढ़ता, कंकलूजन की कढ़िया था, राहुल पढ़िया होया नहीं है, पढ़िया लिखा होने लिए अखबार पढ़ना जरूरी नहीं। तो देखो यह जे प्रश्न किस तरह करने होंगे है, भी यह जे प्रश्न तुम ग्राफ बना के भी कर सकते हो, जो तुम इदा भी कर सकते हो, ठीक है जी। तो देखो आप ग्राफ बना के कर देंगे, सारे पढ़े लिखे लोग अखबार पढ़ते हैं, तो इतने मैं बना लेना अपना न्यूज़पेपर, ठीक है जी। आ सारा अपना की आगा, ये न्यूज़पेपर आगा, सारे पढ़े लिखे लोग ये आ, ठीक है जी। सारे एजुकेटेड पीपल कि आगे न्यूज़पेपर में आते हैं, क्योंकि वो अखबार पढ़ते, ठीक है जी। राहुल अखबार नहीं पढ़ता, तो राहुल आप कितने लिख देने गए, उरे अड्ड लिख देने गए, राहुल की करता गा, राहुल अखबार नहीं पढ़ता, ठीक है जी। तो पहला कंकलूजन की कढ़िया ने, राहुल पढ़िया होया नहीं है, ठीक है जी। तो देखो स्टेटमेंट के हिसाब नाल कंकलूजन बिल्कुल राइट आऊगा, क्योंकि सारे पढ़े लिखे लोग अखबार पढ़ते हैं, ठीक है जी। जेडे सारे पढ़े लिखे लोग ने अखबार पढ़ते हैं, न्यूज़पेपर के आते है। हूँ जे कोई रह गया उन्होंने पढ़िया लिखा होना ही नहीं, ठीक है जी, उन्होंने पढ़ना आता ही नहीं होना, तो उस नंबर ए अपना राहुल पढ़िया हुआ नहीं है, कंकलूजन पहला बिल्कुल राइट आंसर आ जाऊ, ठीक है जी। दूसरा कंकलूजन की है, पढ़िया लिखा होने लिए अखबार पढ़ना जरूरी नहीं। जो हम तुम असल जिंदगी ना देखोगे, ये कंकलूजन बिल्कुल सही है, पर स्टेटमेंट के हिसाब ना देखोगे तो बिल्कुल गलत है, ठीक है जी। क्योंकि देखो सारे पढ़े लिखो आप देखिए की है, भी सारे पढ़े लिखे लोग अखबार में आते, ठीक है जी, न्यूज़पेपर पढ़ते, आप ग्राफ बना के देखना गा, तो न्यूज़पेपर पढ़ते, ठीक है जी। हूँ पढ़िया लिखा होने लिए अखबार पढ़ना जरूरी है, स्टेटमेंट के हिसाब न, स्टेटमेंट के हिसाब न पढ़िया लिखा होने लिए अखबार पढ़ना जरूरी है, क्योंकि फिर ही अखबार पढ़ सकते हैं, ठीक है जी। सो अपना जो दूसरा गा ये गलत हो जूगा, अपना की आजूगा ऑप्शन नंबर ए आजूगा, केवल एक जो अपना कंकलूजन पहला गा वो सही है, ठीक है जी। चलो अगला प्रश्न देखो, हाँ जी प्रश्न नंबर 34 देखो, स्टेटमेंट देखो, पहला नौकरी करने वाले केवल बुद्धिमान कुड़ियां नाल ब्याह करते हैं, तानिया एक बुद्धिमान कुड़ी है, यदा कंकलूजन की निकलिया, तानिया एक नौकरी करने वाले नाल ब्याह करेगी, तानिया एक नौकरी करने वाले नाल ब्याह नहीं करेगी। तो देखो जी ये बिना ग्राफ बनाए आप सॉल्व कर सकते हैं, नौकरी करने वाले केवल बुद्धिमान कुड़िया नाल ब्याह कर दिया, ठीक है जी, नौकरी करने वाले कर दिया गए, ये तो कितने लिखा भी तानिया करेगी, ठीक है जी। जरूरी नहीं है भी तानिया एक नौकरी करने वाले ब्याह करेगी, तो यह भी जरूरी है तानिया एक नौकरी करने वाले ब्याह नहीं करेगी, ठीक है जी। ये तो तानिया की मर्जी हैगी भी तानिया करे या ब्याह ना करे, ठीक है जी। कितने भी नहीं लिखा भी तानिया एक बुद्धिमान कुड़ी है, इदू बाद कितने भी नहीं लिखा हुआ भी तानिया नौकरी करने वाले ब्याह करेगी या ना करेगी, ठीक है जी। तो अपना की आजूगा, जा आजूगा, ठीक है जी, कर भी सकती है नहीं भी कर सकती, ठीक है जी, क्योंकि आप 100% श्योर नहीं है, स्टेटमेंट एंड कंकलूजन में 100% श्योर होना जरूरी है, ठीक है जी। इस तरह के प्रश्न में 100% श्योर हो बंदा फिर अपना राइट टिक आता होंगे गा, नहीं नहीं आता होंगे, ठीक है जी, नोट करो। तो देखो इतना अपना ऑप्शन नंबर सी बिल्कुल राइट आंसर आजूगा, पहला या दूसरा, ठीक है जी। चलो अगला प्रश्न देखो जी, हाँ जी प्रश्न नंबर 35 देखो, हाँ जी अपना लास्ट प्रश्न है, यदा आंसर तुम कमेंट करके दस दो, यदा आंसर तुम कमेंट करके दस दो, सारे विद्यार्थियों ने सही आंसर देना गा, यदा आंसर तुम कमेंट कर दो। सो अज अपनी रीजनिंग का पहला सैट होया, आप रीजनिंग 3 सैट करा, तो 3 सैटा में जिन्हें भी थोड़ा सिलेबस में टॉपिक बन दिया, कोशिश करा भी सारे कवर हो जाए। एक कल अपनी वीडियो आऊगी पंजाब हिस्टरी एंड कल्चर की, वो सारे जरूर देखनी हैगी। एक कल शाम को वीडियो आऊगी, वो आऊगी इंडियन ज्योग्राफी की, ठीक है जी, वो भी सारे जरूर देखनी हैगी, वो आप सारे टॉपिक कवर करा, वो भी सारे जरूर देखनी हैगी। सो गुड लक सारे विद्यार्थियों, धन्यवाद।